ਟਿਕਟਾਂ ਆਈਆਂ ਆ ਟਿਕਟਾਂ ਕਦੀ ਮੈਂ ਆਈਆਂ ਪੂਰੀਆਂ 8.5 ਲੱਖ ਦੀਆਂ ਕਿੰਨੇ ਦੀਆਂ 8.5 ਲੱਖ ਚੰਗਾ ਫਲਾਈਟ A1 ਫੇਰ ਬਾਬਲ ਦੇ ਘਰੇ ਤੂੰ ਐਸ਼ ਕੀਤੀ ਹੁਣ ਤੂੰ ਬਾਬਲ ਦਾ ਘਰ ਛੱਡ ਕੇ ਚੱਲ ਜਾਣਾ ਵਾ ਸਵਾਗਤ ਹੈ ਸਾਡੇ ਯੂਟਿਊਬ ਚੈਨਲ ਦੇ ਵਿਚ ਜਿਹਦਾ ਨਾਂ ਤੁਹਾਨੂੰ ਸਾਰਿਆਂ ਨੂੰ ਪਤਾ ਗਗਨ ਲਾਲੀ ਵਲੌਗ ਅਫੀਸ਼ੀਅਲ ਯੂਟਿਊਬ ਚੈਨਲ ਸੋ ਬਾਬਿਓ ਵਲੌਗ ਚ ਕਰਦੇ ਤੁਹਾਡਾ ਸਾਰਿਆਂ ਦਾ ਸਵਾਗਤ ਸੋ ਨਵਾਂ ਵਲੌਗ ਤੁਹਾਡੇ ਸਾਰੇ ਲੈ ਕੇ ਆਏ ਆ ਪਹਿਲਾਂ ਤਾਂ ਸਭ ਤੋਂ ਜ਼ਿਆਦਾ ਸੋਰੀ ਤੁਹਾਡੇ ਸਾਰਿਆਂ ਵਾਸਤੇ ਆਈ ਅਪੋਲੋਜਾਈਜ਼ ਵਲੌਗ ਫਿਰ ਲੇਟ ਆ ਗਿਆ ਬਸ ਤੁਹਾਨੂੰ ਦੱਸਿਆ ਨਾ ਥੋੜ੍ਹਾ ਜਿਹਾ ਨਹੀਂ ਹਜੇ ਹੈ ਨਾ ਬਦਲ ਚੱਲ ਨਹੀਂ ਰਿਹਾ ਸਹੀ ਸਿਸਟਮ ਜਿਹਾ ਅਤੇ ਬਸ ਨਾ ਘਰ ਦੇ ਸਮਝਾਉਂਦੇ ਰਹੇ ਸਨ ਸ਼ੁਰੂ ਤੋਂ ਹੀ ਕਿ ਹਾਂ ਵੀ ਸਾਡੀ ਗੱਲ ਮੰਨਿਆ ਕਰ ਬੜੇ ਸਲਾਹ ਦਿੰਦੇ ਕਦੀ ਸੁਣੀ ਨਹੀਂ ਕਿਸੇ ਦੀ ਹਰ ਵਾਰੀ ਮੈਂ ਇਸੇ ਚੀਜ਼ਾਂ 'ਚ ਫਸਿਆ ਫਿਰ ਕਿਸੇ ਚੱਕਰਾਂ 'ਚ ਫਸ ਫੁਸ ਗਏ ਕਿ ਗਲਤੀਆਂ ਹੋ ਜਾਂਦੀਆਂ ਬੰਦੇ ਕੋਲ ਫਿਰ ਹੋ ਗਈ ਕੋਈ ਗਲਤੀ ਤਾਂ ਉਸ ਚੱਕਰ ਕਰਕੇ ਹੁਣ ਪਛਤਾਉਣ ਡੇ ਹਾਂ ਥੋੜ੍ਹਾ ਜਿਹਾ ਨਹੀਂ ਹੈ ਨਾ ਮੂਡ ਜਿਹਾ ਠੀਕ ਹੈਗਾ ਆਪਣੀਆਂ ਗਲਤੀਆਂ ਸੀਗੀਆਂ ਘਰ ਦੇ ਤਾਂ ਸਮਝਾਉਂਦੇ ਹੁੰਦੇ ਆਪਾਂ ਸਮਝਦੇ ਨਹੀਂ ਹੁਣ ਅਕਲ ਆ ਗਈ ਹੈ ਪਰ ਇਹ ਲਾਸਟ ਗਲਤੀ ਸੀਗੀ ਸਾਡੀ ਲਾਈਫ ਦੀ ਜਿਹੜੀ ਹੁਣ ਮੈਂ ਫਿਰ ਕਰ ਬੈਠਾ ਪਿਛਲੇ 6-7 ਮਹੀਨੇ ਦੇ ਵਿੱਚ ਵਿੱਚ ਪਰ ਹੁਣ ਮੈਂ ਕਰ ਲੂੰਗਾ ਠੀਕ ਹੋ ਜੂਗੀ ਬਸ ਕੀ ਹੈ ਨਾ ਬਾਬਾ ਜੀ ਸਾਡੇ ਨਾਲ ਹੈ ਬਸ ਜਾਈਦਾ ਸ਼ਹੀਦਾ ਸਾਹਿਬ ਮੱਥਾ ਟੇਕਣ ਬਾਬਾ ਜੀ ਆਪੇ ਸਭ ਠੀਕ ਕਰਨਗੇ ਬਾਬਾ ਜੀ ਮੇਰੇ ਹਿਸਾਬ ਨਾਲ ਇਸ ਵਾਰ ਨੂੰ ਚੈੱਕ ਕਰਨ ਡੇ ਆ ਭਾਂਡਾ ਲਾਸਟ ਵਾਰੀ ਆਪਣਾ ਕਿ ਹਾਂ ਵੀ ਯਾਰ ਇਹ ਕਰ ਫਿਰ ਤੈਨੂੰ ਪਰਖਣਾ ਆਪਾਂ ਪਰ ਆਪਾਂ ਆਪਣੇ ਉਸ ਚੀਜ਼ 'ਤੇ ਖਰੇ ਉਤਰਾਂਗੇ ਕੋਈ ਗਲਤ ਸਟੈਪ ਨਹੀਂ ਚੁੱਕਾਂਗੇ ਅਤੇ ਸਹੀ ਹੋਊਗਾ ਸਾਰਾ ਕੁਝ ਹੋ ਜੂਗਾ ਓਕੇ ਬਸ ਤੁਸੀਂ ਵੀ ਸਾਰੇ ਜਣੇ ਦੱਸਾ ਕਰੋ ਕਿ ਜੋ ਵੀ ਹੈ ਸਭ ਠੀਕ ਹੋ ਜਾਵੇ ਅਤੇ ਉੱਦਾਂ ਤਾਂ ਠੀਕ ਆ ਵਧੀਆ ਵਾ ਪਰ ਥੋੜ੍ਹਾ ਜਿਹਾ ਹੈ ਨਾ ਵੀ ਦਿੱਕਤਾਂ ਹੋ ਜਾਂਦੀਆਂ ਪਰੇਸ਼ਾਨੀਆਂ ਹੋ ਜਾਂਦੀਆਂ ਥੋੜ੍ਹਾ ਜਿਹਾ ਉਹਦੇ ਕਰਕੇ ਹੈ ਨਾ ਠੀਕ ਸੀ ਕੋਸ਼ਿਸ਼ ਕਰਾਂਗੇ ਥੋੜ੍ਹਾ ਛੇਤੀ ਛੇਤੀ ਵਲੌਗ ਲੈ ਕੇ ਆਉਣ ਦੀ ਹੁਣ ਕਾਫੀ ਜਾਣੇ ਮੈਨੂੰ ਕਹਿਣ ਲੱਗ ਪਏ ਪਹਿਲਾਂ ਹੁਣ ਪਹਿਲਾਂ ਤਾਂ ਕਮੈਂਟ ਹੀ ਆਉਂਦੇ ਹੁੰਦੇ ਸੀ ਅੱਜ ਫਿਰ ਇੱਕ ਫੈਮਿਲੀ ਆਈ ਸੀਗੀ ਕੋਈ ਰਸਤਿਆਂ 'ਚ ਮੈਂ ਬਾਬੇ ਵਗਾਲੇ ਮੱਥਾ ਟੇਕਣ ਗਿਆ ਸੀਗਾ 3-4 ਜਣੇ ਮੈਨੂੰ ਉੱਥੇ ਮਿਲੇ ਹੈ ਨਾ ਵੀ ਉਹਨਾਂ ਨੇ ਮੈਨੂੰ ਕਹਿ ਤਾ ਭਾਅ ਜੀ ਤੁਹਾਡੇ ਵਲੌਗ ਬਹੁਤ ਲੇਟ ਆਉਂਦੇ ਆ ਔਨ ਨਹੀਂ ਡੇ ਕੀ ਚੱਕਰ ਹੋ ਗਿਆ ਹੈ ਨਾ ਵੀ ਬਸ ਹੈ ਨਾ ਹੁਣ ਕੋਸ਼ਿਸ਼ ਕਰਾਂਗੇ ਯਾਰ ਹੈ ਨਾ ਜਿੱਦਾਂ ਦਾ ਵੀ ਆ ਉਹ ਸਾਰਾ ਕੁਝ ਤਾਂ ਦੇਖੋ ਆਪਣੇ ਸਮੇਂ ਨਾਲ ਠੀਕ ਹੋਣਾ ਆਪਾਂ ਆਪਣਾ ਲੋਕਾਂ ਦਾ ਤਾਂ ਇੰਟਰਟੇਨਮੈਂਟ ਕਰਦੇ ਰਹੀਏ ਹੈ ਨਾ ਵੀ ਲੋਕੀ ਕਹਿੰਦੇ ਆਪਾਂ ਰੋਟੀ ਨਹੀਂ ਖਾਈ ਦੀ ਜਦੋਂ ਤੱਕ ਵਲੌਗ ਨਹੀਂ ਦੇਖਦੇ ਵਧੀਆ ਵੀ ਲੱਗਦਾ ਪਰ ਦੁੱਖ ਜਿਹਾ ਵੀ ਹੁੰਦਾ ਵਾ ਕਿ ਯਾਰ ਜੇ ਮੈਨੂੰ ਵੀ ਕਈ ਚੀਜ਼ਾਂ ਜਿਹੜੀਆਂ ਪਸੰਦ ਆ ਜੋ ਨਾ ਹੋਣ ਹੈ ਨਾ ਵੀ ਨਾ ਕੋਈ ਮੈਂ ਵੀ ਜਿੱਦਾਂ ਕੋਈ ਖਾਂਦਾ ਪੀਂਦਾ ਨਹੀਂ ਜਦੋਂ ਤੱਕ ਮੈਂ TV ਜਾਂ ਕੋਈ ਨੈੱਟਫਲਿਕਸ ਜਾਂ ਕੋਈ ਯੂਟਿਊਬ ਦੇ ਉੱਤੇ ਮੈਂ ਗੂਗਾ ਪਸੰਦੂਰੀ ਦੇਖਦਾ ਹੈ ਨਾ ਸ਼ੁਰੂ ਤੋਂ ਉਹ ਦੇਖਾਂ ਨਾ ਜਦੋਂ ਤੱਕ ਮੈਂ ਖਾਂਦਾ ਨਹੀਂ ਜਦੋਂ ਉਹਨਾਂ ਦੀ ਨਵੀਂ ਵੀਡੀਓ ਨਾ ਆਈ ਹੋਵੇ ਤਾਂ ਹੁੰਦਾ ਯਾਰ ਕਿਉਂ ਨਹੀਂ ਪਾਈ ਇਹਨਾਂ ਨੇ ਪਾਉਂਦੇ ਯਾਰ ਰੋਜ਼ ਪਾਇਆ ਕਰੋ ਯਾਰ ਦਿਲ ਨਹੀਂ ਲੱਗਦਾ ਫਿਰ ਇੱਦਾਂ ਫੀਲ ਕਰਦਾ ਮੈਂ ਯਾਰ ਅਗਲਿਆਂ ਨੂੰ ਵੀ ਹੁੰਦਾ ਹੋਊਗਾ ਹੁਣ ਕੋਸ਼ਿਸ਼ ਕਰਾਂਗੇ ਹੈ ਨਾ ਛੇਤੀ ਛੇਤੀ ਕੰਟੈਂਟ ਲੈ ਕੇ ਆਈਏ ਬਾਕੀ ਤੁਸੀਂ ਤਾਂ ਚਲੋ ਸਪੋਰਟ ਕਰਦੇ ਹੀ ਆ ਕਰਾਂਗੇ ਹੈ ਨਾ ਛੇਤੀ ਛੇਤੀ ਸਭ ਠੀਕ ਹੋਊਗਾ ਸੋ ਵਲੌਗ ਤੁਸੀਂ ਸਾਰੇ ਜਣੇ ਦੇਖੋ ਤੁਹਾਨੂੰ ਵਧੀਆ ਲੱਗਾ ਤਾਂ ਕਮੈਂਟ ਜ਼ਰੂਰ ਕਰਿਓ ABC ਕਰ ਦਿਓ ਉੜ ਐਡ ਕਰ ਦਿਓ ਹੈਸ਼ਟੈਗ ਕਮੈਂਟ ਕਰ ਦਿਓ ਅਤੇ ਬਸ ਕਮੈਂਟ ਕਰ ਦਿਆ ਕਰੋ ਹੋ ਜੂਗਾ ਸਭ ਸੈੱਟ ਵਧੀਆ ਵਾ ਉੱਦਾਂ ਓਕੇ ਆ ਅਤੇ ਰਾਜੂ ਨੇ ਚੱਲ ਜਾਣਾ ਮੰਮਾ ਨੇ ਵੀ ਚੱਲ ਜਾਣਾ ਅਤੇ ਬਸ ਉਹਦੇ ਵਾਸਤੇ ਗਿਫਟ ਦਿੱਤਾ ਉਹਨੂੰ ਫਸਟ ਕਲਾਸ ਦੀਆਂ ਟਿਕਟਾਂ ਅਤੇ ਤੁਸੀਂ ਦੇਖਿਓ ਹੈ ਨਾ ਸਾਰਾ ਵਲੌਗ ਵਧੀਆ ਲੱਗਾ ਅਤੇ ਕਮੈਂਟ ਕਰਿਓ ਵਲੌਗ ਪਹਿਲਾਂ ਹੀ ਵੱਡਾ ਵਾ ਪਰ ਚਲੋ ਤੁਹਾਨੂੰ ਵਧੀਆ ਲੱਗੂਗਾ ਦੱਸ ਦਿਓ ਕਮੈਂਟ ਕਰਕੇ ਕਿਵੇਂ ਦਾ ਲੱਗਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਅਤੇ ਆਪਣਾ ਬਸ ਦੇਖੋ ਵਲੌਗ ਅਤੇ ਦੇਖੋ ਹਾਂਜੀ ਉਦਾਸ ਦੇਵਦਾਸ ਗਗਨ ਲਾਲੀ ਟਿਕਟਾਂ ਕਰਾ ਲਿਆ ਵਾ ਜਿਹੜਾ ਲੰਬ ਗਿਆ ਕੰਮ ਕੱਢ ਮੂੰਹ ਚੋਂ ਸਵੇਰ ਦਾ ਨਹੀਂ ਆਉਣ ਡੇ
ਯਾਰ ਆਤੇ ਆ ਬੋਲ ਕੋਈ ਪੰਗੇ ਲਿਆ ਦੀ ਵਾਹ ਵਾਹ ਚਿਹਰਾ ਦਾ ਲਮਕ ਗਿਆ ਸੀਗਾ ਕੰਮ ਟਿਕਟਾਂ ਟੁੱਟਾਂ ਵਾਲਾ ਕਿਉਂਕਿ ਟਿਕਟਾਂ ਕਰਾ ਕੇ ਦੇਣੀਆਂ ਹੈਗੀਆਂ ਮੈਂ ਅਤੇ ਥੋੜ੍ਹਾ ਜਿਹਾ ਦਿੱਕਤ ਚੱਲ ਰਹੀ ਸੀਗੀ ਥੋੜ੍ਹੀ ਦਿੱਕਤ ਤਾਂ ਭਾਅ ਜੀ ਬਹੁਤ ਜ਼ਿਆਦਾ ਆ ਥੋੜ੍ਹੀ ਦੇਰ ਕਹਿ ਦਿੱਤੀ ਫਿਰ ਉੱਤੋਂ ਇਸ ਕਰਕੇ ਫਿਰ ਟਿਕਟਾਂ ਫਿਰ ਮੈਂ ਹੀ ਕਰਾਉਣੀਆਂ ਸੀਗੀਆਂ ਅਤੇ ਟਿਕਟਾਂ ਕਰਾਤੀਆਂ ਅਤੇ ਬਿਜ਼ਨਸ ਕਲਾਸ ਕਰਾਤੀਆਂ ਫਿਰ ਪ੍ਰੀਮੀਅਮ ਫਸਟ ਬਿਜ਼ਨਸ ਕਲਾਸ ਯਾਰ ਜਾਣਾ ਦੋਵਾਂ ਜਣੀਆਂ ਨੇ ਤਾਂ ਮੈਂ ਕਿਹਾ ਟਿਕਟਾਂ ਫਿਰ ਬਿਜ਼ਨਸ ਕਲਾਸ ਹੀ ਕਰਾ ਦਈਏ ਅਸੀਂ ਉਹ ਜਾ ਜਦੇ ਗਏ ਜਿਹੜੇ ਜਾ ਪਾਪਾ ਨੂੰ ਕਹਿਣਾ ਮੈਂ ਤਿੰਨ ਟਿਕਟਾਂ ਕਰਾਈਆਂ ਠੀਕ ਆ ਹੁਣ ਆਪਾਂ ਜਾਣਾ ਬਾਬੇ ਬਕਾਲੇ ਮੱਥਾ ਟੇਕਣ ਮੈਂ ਰਾਹ 'ਚ ਗੱਡੀ 'ਚ ਕਹਿਣਾ ਪਾਪਾ ਨੂੰ ਕਿ ਤਿੰਨ ਟਿਕਟਾਂ ਕਰਾਤੀਆਂ ਮੈਂ ਤੁਹਾਡੀਆਂ ਬਿਜ਼ਨਸ ਕਲਾਸ ਅਤੇ 8.5 ਲੱਖ ਦੀਆਂ ਟਿਕਟਾਂ ਪਾਪਾ ਨੂੰ ਇਹ ਕਹੇ ਨਾ ਤੁਹਾਡੀ ਬਿਜ਼ਨਸ ਕਲਾਸ ਕਰਾ ਦਿੱਤੀਆਂ ਵਾ ਅਤੇ ਆਪਾਂ ਉਹ ਜਹਾਜ਼ 'ਚ ਗਏ ਜਿਹੜੇ ਸੀਟਾਂ ਵੀ ਖੜਕਦੀਆਂ ਯਾਦ ਹੀ ਸਪਾਈਸ ਸੈੱਟ ਦੀਆਂ ਸਾਢੇ 3 ਲੱਖ ਰੁਪਏ ਦੀਆਂ ਸਾਢੇ 8 ਲੱਖ ਰੁਪਏ ਦੀਆਂ ਟਿਕਟਾਂ ਹੋਈਆਂ ਠੀਕ ਹੈ ਤਿੰਨ ਜਣਿਆਂ ਦੀਆਂ ਬਿਜ਼ਨਸ ਕਲਾਸ ਤੁਹਾਡੀ ਤੁਹਾਡੀ ਟਿਕਟ ਵੀ ਕਰਾਈ 2 ਲੱਖ ਕੁਛ ਦੀ ਅਤੇ ਤੁਹਾਡੀ ਇਕੱਲਿਆਂ ਦੀ 2 ਲੱਖ ਤੋਂ ਵੀ ਤਾਂ ਹੀ ਦੱਸ ਦੇਣਾ ਹਾਂ ਮੰਮੀ ਆਪਾਂ ਨੇ ਆਣ ਜਾਂਦੀ ਕਦੀ ਇਕੱਲੀ ਆਉਂਦੀ ਨਹੀਂ ਸੱਚ ਜ਼ਿਆਦਾ ਕਰੀਏ ਰੇਟ 14-15 ਲੱਖ ਕਰੀਏ ਕਿਉਂਕਿ ਉਹਨਾਂ ਨੇ ਵਾਪਸ ਨਹੀਂ ਹੋਣਾ ਨਹੀਂ ਇੰਨਾ ਹੋਣਾ ਵਾ ਬਿਜ਼ਨਸ ਕਲਾਸ ਦੀ ਟਿਕਟ ਆ 3.5-4 ਲੱਖ 5 ਲੱਖ 6 ਲੱਖ ਤੱਕ ਆ 12 ਲੱਖ ਕਹਿ ਦੀ ਸਿੰਗਲ 12 ਲੱਖ ਕਹਿ ਦੀ 12 ਲੱਖ ਨਹੀਂ ਮੈਂ ਕਹਿੰਦਾ ਹਾਂ ਉਹਨੇ ਕਹਿੰਦਾ ਇੰਨੇ ਜ਼ਰਾ ਮੂੰਹ ਹੀ ਆ ਇੰਨੇ ਮੂੰਹ ਹੀ ਆ ਨਹੀਂ ਪੈਸੇ ਕਿੱਥੋਂ ਬਣੇ 12 ਲੱਖ ਰੁਪਏ ਮੈਂ ਹਾਂ 12 ਲੱਖ ਜਾਂਦਾ ਮੈਂ ਕਹਿੰਦਾ 12 ਲੱਖ ਦੀਆਂ ਹੋਈਆਂ ਠੀਕ ਆ ਅਤੇ ਕੀ ਕਹਿੰਦੇ ਆ ਕਾਰਡ ਹੀ ਮਾਰਤਾ ਸੀਗਾ ਆਪਣਾ ਕ੍ਰੈਡਿਟ ਹੈਗੀ ਸੀ ਲਿਮਿਟ ਮੈਂ ਆਪੇ ਮੈਂ EMI ਭਰਦਾ ਰਹੂੰਗਾ ਜਦੋਂ ਪਾਪਾ ਨੂੰ ਪਤਾ ਲੱਗਣਾ ਮੇਰੀ ਵੀ ਟਿਕਟ ਕਰਾਤੀ ਪਾਪਾ ਨੇ ਤਾਂ ਜਾਣਾ ਨਹੀਂ ਸੀਗਾ ਠੀਕ ਆ ਉਹਨਾਂ ਨੇ ਯਾਰ ਉਹਨਾਂ ਨੂੰ ਆਪਣੇ ਵੱਲੋਂ ਮੈਂ ਸਰਪ੍ਰਾਈਜ਼ ਦੇਣਾ ਪਾਪਾ ਨੇ ਮੰਮਾ ਗੱਡੀ ਰੋਕ ਕੇ ਚਵੇੜਾ ਮੈਣੀਆਂ ਤੇਰੇ ਚੋਪੀ ਕਰ ਜਾਣਾ ਵਾ ਠੀਕ ਆ ਖਿੱਚ ਦੇ ਮਾਰੇ ਬੋਲਣਾ ਹੀ ਕੁਛ ਨੀ ਆ ਠੀਕ ਆ ਤੇ ਜਾਂ ਪਾਪਾ ਨੇ ਇੰਨਾ ਬੋਲਣਾ ਐਡ ਹੀ ਕਰਾ ਦੇਣੀ ਆ ਠੀਕ ਆ ਹੁਣ ਪਾਪਾ ਹੁਣ ਹੋਣਗੇ ਤਿਆਰ ਠੀਕ ਆ ਰਾਜੂ ਮੈਂ ਆਵਾਜ਼ ਮਾਰੀਏ ਤੇ ਟਿਕਟਾਂ ਦੇ ਕਰਾਈਆਂ ਨੋਰਮਲ ਸੜੇ ਜਹਾਜ਼ ਦੀਆਂ ਜਿਹੜਾ ਜਾਲੀ ਰਾਜੂ ਨੂੰ ਕਹਿੰਦਾ ਫੇਰ ਜਿੱਦਾਂ ਇਹਨੇ ਉੱਧਰ ਮੈਨੂੰ ਕਿਹਾ ਨਾ ਮੈਨੂੰ ਤਾਂ ਪਤਾ ਸੀ ਇਹ ਵੀ ਇਹਨੂੰ ਟਿਕਟਾਂ ਖੋਲ ਕੇ ਪਤਾ ਲੱਗਣਾ ਕਿ ਮੈਨੂੰ ਤਾਂ ਪਤਾ ਹੀ ਬਾਅਦ 'ਚ ਲੱਗਾ ਸੀ ਕਿ ਬਿਜ਼ਨਸ ਕਲਾਸ ਹੈ ਨਹੀਂ ਗੀਆਂ ਇਹ ਹੁਣ ਮੈਨੂੰ ਬਿਜ਼ਨਸ ਕਲਾਸ ਕਹਿ ਦੇਣਾ ਪੂਰਾ ਮਤਲਬ ਐਂ ਕਰਨਾ ਕਿ ਵੇਖ ਲਾ ਤੇਰੇ ਵਾਸਤੇ ਉਹਨੂੰ ਉਹ ਵੀ ਨਹੀਂ ਪਤਾ ਲੱਗਣਾ ਬਿਜ਼ਨਸ ਕਲਾਸ ਹੈਗੀ ਨਹੀਂ ਉਹਨੇ ਤਰੀਕ ਤੇ ਪੜ੍ਹਦੀ ਬਸ ਤਰੀਕ ਤੇ ਪੈਸੇ ਪੜ੍ਹਨੇ ਖੋਲ ਕੇ ਪੜ੍ਹ ਲਿਆ ਉਹਨੂੰ ਤਾਂ ਵੀ ਨਹੀਂ ਪਤਾ ਲੱਗਣਾ ਕਿਹੜੀ ਕਲਾਸ ਆ ਨਹੀਂ ਲਿਖਿਆ ਰੇਟ ਤੇ ਲਿਖਿਆ ਹੋਣਾ ਵਾ ਨਹੀਂ ਪਤਾ ਲੱਗਣਾ ਨਹੀਂ ਜਾਂਦਾ ਮੈਂ ਏਅਰ ਇੰਡੀਆ ਰਤਨ ਟਾਟਾ ਦਾ ਜਹਾਜ਼ ਹੈ ਠੀਕ ਆ ਏਡਾ ਏਡਾ ਮਹਿੰਗਾ ਜਹਾਜ਼ ਹੈ ਉਹਨਾਂ ਨੂੰ ਕੀ ਪਤਾ ਲੱਗਣ ਦਿਆ ਕਿਹੜਾ ਹੋਵੇ ਉਹਨਾਂ ਨੇ ਕਹਿੰਦਾ ਉਹ ਰਾਜੂ ਤਾਂ ਰਹਿਣ ਦੇ ਆਜੂਗੀ ਬੀਬੀ ਰਾਜੂ ਨੂੰ ਆਏ ਮਾਰਿਓ ਸਮੋਸੇ ਖਾਂਦੀ ਹੈ ਤੇ ਬਾਕੀ ਉਦੋਂ ਤੱਕ ਫਿਰ ਮੈਂ ਤੁਹਾਨੂੰ ਛੋਟੇ ਹੁੰਦੇ ਮੈਂ ਇੱਦਾਂ ਕਰਦਾ ਮੇਰੇ ਵੱਲ ਆਉਣਾ ਹੀ ਹੈ ਨਾ ਕਰ ਸੋਫੇ ਨੂੰ ਅੱਗ ਉੱਗ ਲੱਗ ਜਾਣੀ ਹੈ ਮੰਜਾ ਮੁੰਜਾ ਲਾ ਕੇ ਚਾਦਰਾ ਚੂਦਰਾ ਰੱਖੀਆਂ ਹੈਗੀਆਂ ਕਿੰਨਾ ਕੁਛ ਪਿਆ ਸੀ ਉੱਥੇ ਮੈਂ ਲੰਘਦੇ ਵੱਜ ਪੌੜੀਆਂ ਉੱਤੇ ਮੈਟ ਸੜ ਗਈ ਤੇ ਮੈਂ ਉਹਨੂੰ ਕਹਿ ਕੇ ਆਇਆ ਧੂਆ ਹੋ ਗਿਆ ਛੱਤ ਤੁਹਾਡੀ ਦਾ ਕੀ ਹੋ ਗਿਆ ਕੀ ਹੋ ਗਿਆ ਭਰਾਵਾ ਦੇਖਿਆ ਪੌੜੀਆਂ ਦੇ ਅੱਗ ਲੱਗੀ ਸਾਰੇ ਯਾਰ ਮੇਰਾ ਤੂੰ ਸ਼ੁਰੂ ਤੋਂ ਸਦਾ ਹੀ ਰਿਹਾ
ਬੜੀ ਬਹਾਦਰੀ ਕੀਤੀ ਕਿਤੇ। ਵਾਹਿਗੁਰੂ ਸਤਨਾਮ। ਕਿਆ ਉਹ ਤੋਂ ਬਾਅਦ ਹੀ ਬਾਬੇ ਦਾ ਕਮਰਾ ਬਣਾ ਦਿੱਤਾ ਕਿ ਸਬੂਤ ਵੀ ਕੋਲ ਨਹੀਂ ਰੱਖਿਆ, ਡੱਬੀ ਚੋਰੀ ਕਰਦਾ ਹੁੰਦਾ ਸੀਗਾ, ਡੱਬੀ ਚੋਰੀ ਕਰਕੇ ਸਿੱਟਾ ਵੀ ਨਾ ਹੀ ਮਹੱਲੇ ਡੱਬੀ ਚੋਰੀ ਕਰਕੇ ਆਪਾਂ ਮੈਂ ਉੱਥੋਂ ਡੱਬੀ ਚੁੱਕ ਕੇ ਘਰੋਂ ਬਾਬੇ ਵਾਲੀ ਉਹਦੇ ਜਿੱਥੇ ਜੋਤ ਜਗਾਈ ਦੀ ਲੈ ਕੇ ਮਹੱਲੇ ਦੇ ਮੁੰਡਿਆਂ ਨਾਲ ਇਕੱਠੇ ਕਰਕੇ ਤੇ ਆ ਕੀ ਲਾਈ ਜਾਣੀ ਜਿੱਥੇ ਖਾਲੀ ਘਾਹ ਲੱਗ ਗਿਆ ਉੱਥੇ ਅੱਗ ਲਾ ਦੇਣੀ, ਕਦੀ ਐ ਕਰਨਾ ਕਦੀ ਮੈਂ ਨੀ ਦਗਤਾ ਕਦੀ ਭਰਾ, ਮੈਨੂੰ ਬੜਾ ਡਰ ਲੱਗਦਾ ਸੀਗਾ ਜਗਦੀ ਬਾਹਰ ਕੱਢ ਲੈਂਦੇ ਹੁੰਦੇ। ਮੈਂ ਬੜੀ ਯਾਰ ਏਦਾਂ ਜਾਦੂ ਕੀਤਾ ਪਰ ਆਪਣਾ ਮੂੰਹ ਸੜਦਾ ਨੀ ਹੈਗਾ ਕਿਉਂਕਿ ਆਪਣੇ ਮੂੰਹ ਦੇ ਅੰਦਰ ਸਲਾਈਵਾ ਬਹੁਤ ਜ਼ਿਆਦਾ ਹੁੰਦਾ ਨਾ, ਜਿਹੜਾ ਆਹ ਸਲਾਈਵਾ ਨਾ ਇਹਨੇ ਕੀ ਜਲਨ ਦੇਣਾ ਨਮਕੀਨ ਜਾਣਾ ਟੇਸਟ ਕਿਦਾਂ ਪੂਰਾ ਲੂਣਾ ਪੂਰਾ। ਤੇ ਉਹ ਆ ਜਾ ਹੁਣ ਵਲੌਗ ਹੀ ਬੜਾ ਲੰਕ ਗਿਆ ਵਾ, ਚਲ ਬਹਿ ਜੀ ਆਪਾਂ ਯਾਰ। ਮੈਂ ਨਾ ਹੁਣ ਸੋਚਿਆ ਕਿ ਮੈਂ ਨਾ ਹੁਣ ਮੋਟੀਵੇਸ਼ਨਲ ਉਹ ਦਿਆ ਕਰਨੀਆਂ ਵਾ, ਮੋਟੀਵੇਸ਼ਨਲ ਸਪੀਕਰ ਥੋੜਾ ਲੱਗ ਹੋਇਆ, ਮੈਂ ਮੋਟੀਵੇਸ਼ਨਲ ਸਪੀਕਰ ਬਣ ਜਾਣਾ ਠੀਕ ਹੈ, ਮੈਂ ਮੋਟੀਵੇਸ਼ਨ ਵਾਲੀਆਂ ਸਪੀਚਾਂ ਦਿਆ ਕਰਨੀਆਂ ਹੁਣ ਕਿਉਂਕਿ ਮੈਂ ਜਿਸ ਉਹਦੇ ਚੋਂ ਲੰਘਿਆ ਨਾ ਜਿਹੜੇ ਜਿਹੜੇ ਪੜਾਵਾਂ ਚੋਂ ਜਿਹੜੇ ਦੌਰ ਚੋਂ ਜਿਹੜੇ ਜਿਹੜੇ ਦੌਰ ਚੋਂ ਮੈਂ ਲੰਘਿਆ, ਕਹਿੰਦਾ ਹਮ ਦੌਰ ਨਹੀਂ ਦੌਰ, ਕਹਿੰਦਾ ਹਮ ਉਸ ਦੌਰ ਸੇ ਵੀ ਨਿਕਲੇ ਹੈ ਜੋ ਦੌਰ ਗੁਜ਼ਰਤਾ ਹੀ ਨਹੀਂ ਹੋਤਾ। ਗੁਜ਼ਰ ਗਿਆ ਫਿਰ ਮਤਲਬ ਪਰ ਗੁਜ਼ਰ ਨਹੀਂ ਹਜੇ ਨਹੀਂ ਹਜੇ ਗੁਜ਼ਰ ਰਹੇ ਹਾਂ ਗੁਜ਼ਰ ਰਹੇ ਹੈ ਠੀਕ ਹੈ, ਮਤਲਬ ਕਈ ਦੌਰ ਸਾਡੇ ਗੁਜ਼ਰ ਗਏ ਕਈ ਹੁਣ ਜਿਹੜੇ ਦੌਰ 'ਚ ਆਪਾਂ ਉਹ ਥੋੜ੍ਹਾ ਸਾਡੇ ਪੰਗੇ ਪਾਏ ਹੋਏ ਵਾਲਾ ਦੌਰ ਆ, ਚੱਲ ਤੇਰੇ ਸਭ ਤੋਂ ਜ਼ਿਆਦਾ ਤੇਰੇ ਪਿਛਲੇ ਪੰਗੇ ਵੀ ਤਾਂ ਸਾਰੇ ਮੇਰੇ ਹੀ ਸੀਗੇ, ਉਹ ਕਿਹੜਾ ਸਾਰੇ ਰਲ ਮਿਲ ਕੇ, ਪਰ ਜਿਹੜਾ ਇਹ ਦੌਰ ਸੀ ਨਾ ਇਹ 'ਚ ਮੈਨੂੰ ਨਾ ਸਮਝ ਆਏਗਾ ਗਗਨ ਨਾ ਗਗਨ ਨਾ। ਜਿੰਨੇ ਵਾਰੀ ਵੀ ਮੈਂ ਜ਼ਿੰਦਗੀ 'ਚ ਫਸਿਆ ਹੋਣਾ ਮੈਂ ਸੋਚਿਆ ਹੋਵੇ ਬਹਿ ਕੇ ਯਾਰ ਗਲਤੀ ਕਰ ਲਈ, ਉਹ ਘਰਦੇ ਦੀ ਮੰਨ ਲੈਂਦਾ ਯਾਰ ਸਲਾਹ ਲੈ ਲੈਂਦਾ, ਉਹ ਸਾਰੀਆਂ ਚੀਜ਼ਾਂ ਮਤਲਬ ਕਰਨ ਤੋਂ ਬਾਅਦ 'ਚੋਂ ਮੈਂ ਹੁਣ ਵੀ ਮੈਂ ਸੋਚਦਾ ਯਾਰ ਵੀ ਉਦੋਂ ਗੱਲ ਮੰਨ ਲੈਂਦਾ ਨਾ ਕਿ ਇੱਦਾਂ ਇੱਦਾਂ ਕੀਤਾ ਹੁੰਦਾ ਤਾਂ ਉੱਦਾਂ ਉੱਦਾਂ ਕੀਤਾ ਹੁੰਦਾ, ਤਾਂ ਆਹ ਵਾਲਾ ਟਾਈਮ ਵੀ ਨਹੀਂ ਸੀ ਆਉਣਾ, ਪਰ ਆਪਣਾ ਉਹ ਚਲੋ ਮੈਂ ਬਾਅਦ 'ਚੋਂ ਮੋਟੀਵੇਸ਼ਨ ਦਊਂਗਾ ਤੁਹਾਨੂੰ। ਆਇਆ ਲੋ ਵੀ ਹੁਣ ਆਪਾਂ ਰਾਜੂ ਨੂੰ ਇੱਕ ਸਰਪ੍ਰਾਈਜ਼ ਦੇਣਾ ਵਾ ਠੀਕ ਆ, ਕਿ ਜਿਹੜਾ ਕਿ ਦਾਦੀ ਮਾ ਆ ਜਾਓ ਤੁਸੀਂ ਵੀ ਤੁਹਾਡੇ ਵਾਸਤੇ ਪਰਵਾ ਤੋਂ ਪਹਿਲੇ ਮਾਚੀ ਛੱਡ ਦੇ ਫੂਕ ਮਾਰਨੀ ਆ ਤੂੰ ਰੁਕ ਕੇ ਤੇ ਜਾ ਹਜੇ ਇਦਾਂ ਗੱਲ ਮੈਂ ਵੇਚਾ ਉਹ ਵੇਚਾ ਤੂੰ ਵੇਚਾ ਉਹ ਅੱਛੀ ਠੀਕ ਆ। ਤੇ ਲੋ ਵੀ ਰਾਜੂ ਦੀਆਂ ਆਪਾਂ ਟਿਕਟਾਂ ਬੀਬੀ ਕਰਾ ਕੇ ਲਿਆਏ ਆ ਠੀਕ ਆ, ਇਹ ਦੀਆਂ ਟਿਕਟਾਂ ਕਰਾਈਆਂ ਮੰਮਾ ਦੀ ਤੇ ਰਾਜੂ ਦੀ ਤੇ ਪਾਪਾ ਦੀ, ਤਿੰਨ ਟਿਕਟਾਂ ਵਾ ਹੋਣੀਆਂ ਨਹੀਂ ਰਾਤੀ ਮੰਜਣਾ ਇਹਨੇ ਤੇ ਰਾਤੀ ਦੇ ਚਪੇੜਾ ਪੈਣੀਆਂ ਸੀ, ਪਰ ਮੈਂ ਕਿਹਾ ਹੁਣ ਵੱਡੀ ਹੋ ਗਈ ਆ ਤੇ ਫਿਰ ਮੈਂ ਗਾਲਾ ਗੂਲਾ ਕੱਢ ਕੇ ਸਾ ਲਿਆ ਤੇ ਬੀਬੀ ਜਿਹੜਾ ਪਿੱਛੋਂ ਮੈਂ ਇੱਕ ਬੋਲਦੀ ਨਾ ਕੋਰਸ ਦਿੰਦੀ ਬੀਬੀ ਜਿਹੜਾ ਸਾਰ ਲਿਆ ਸਾਰ ਲਿਆ।
ਟਿਕਟਾਂ ਆਈਆਂ ਆ ਟਿਕਟਾਂ ਕਦੀ ਮੈਂ ਆਈਆਂ ਪੂਰੀਆਂ 8.5 lakh ਦੀਆਂ ਕਿੰਨੇ ਦੀਆਂ 8.5 lakh ਚੰਗਾ ਇੰਨੇ ਦਾ ਤਾਂ ਮੇਰੀ ਫੀਸ ਨਹੀਂ ਗਈ ਕਿਹੜੀ ਟਿਕਟ ਕਰਾਈ ਹੋ ਜਿੰਨੇ 7 lakh ਕਿਹੜੀ ਟਿਕਟ ਕਰਾਈ ਬਿਜ਼ਨਸ ਕਲਾਸ ਆ ਕਰਾਈ ਆ ਬਿਜ਼ਨਸ ਕਲਾਸ ਨਹੀਂ ਆ ਤਾਂ ਇੱਥੇ ਆਣ ਕੇ ਤਾਂ ਤੁਸੀਂ ਝੂਠ ਬੋਲ ਦਿੱਤਾ ਮੈਨੂੰ ਨਹੀਂ ਲੱਗਦਾ ਇਦਾਂ ਕੁਝ ਹੋਊਗਾ ਭਰਾ ਮੈਂ ਬਿਜ਼ਨਸ ਕਲਾਸ ਟਿਕਟਾਂ ਕਰਾ ਕੇ ਲਿਆਇਆ ਇਹ ਸਰਪ੍ਰਾਈਜ਼ ਦੇਣ ਵਾਸਤੇ ਤੇ ਇਹਨੇ ਪਿਛਲੀ ਇਹਨੂੰ ਕੋਈ ਸਰਪ੍ਰਾਈਜ਼ ਦੇ ਦੋ ਤੇ ਇਹਨੇ ਇਦਾਂ ਕਰਦਾ ਹੁੰਦਾ ਛੇਤਰਾ ਦੇ ਝੂਠ ਬੋਲਦਾ ਪੈਸਾ ਪੂਹੇ ਵਾਲਾ ਜੇ ਮੈਂ ਖਰਚਣ ਤੇ ਆ ਜਾਵਾਂ ਤਾਂ ਖਰਚ ਦਿੰਦਾ ਵਾ ਨਾ ਦੇਖ ਲਾ ਲੈ ਲੈ ਦੇਖ ਲਾ ਬਿਜ਼ਨਸ ਕਲਾਸ ਨਾ ਹੋਈ ਆਪਾਂ ਮੈਂ ਅੱਜ ਤੱਕ ਬੈਠਾ ਕਦੀ ਬਿਜ਼ਨਸ ਕਲਾਸ ਤੁਹਾਨੂੰ ਬਿਠਾਉਣ ਲੱਗਾ ਜਿਹੜੀ ਬਿਜ਼ਨਸ ਕਲਾਸ ਚ ਨਹੀਂ ਹੁੰਦੀ ਉਹ ਛੇਤਰ ਚ ਪਾ ਕੇ ਦਿੰਦੇ ਨਹੀਂ ਉਹਦੇ ਦੇਂਦੇ ਹੋ ਗਿਆ ਜਾਓ ਦਿਖਾ ਦਿੰਦਾ ਤੈਨੂੰ ਮੈਂ ਹੁਣੇ ਦਿਖਾ ਦਿੰਦਾ ਵਾ ਲੱਭੜੀ ਨਹੀਂ ਬਿਜ਼ਨਸ ਕਲਾਸ ਦਾ ਮਤਲਬ ਹੁੰਦਾ ਫਸਟ ਕਲਾਸ ਠੀਕ ਆ ਫਲਾਈਟ A1 ਫੇਰ ਬਸ ਉਹ ਭਾਵੇਂ ਉਹ ਸੀਟ ਨੰਬਰ ਹੋਵੇ ਮੇਰਾ ਇੰਨੀ ਅੱਗੇ ਸੀਟ ਨੰਬਰ ਤੇਰਾ ਸੀਟ ਨੰਬਰ ਮੂਰਖੋ ਸੀਟ ਨੰਬਰ ਉਦੋਂ ਮਿਲਦਾ ਜਦੋਂ ਅਸੀਂ ਬੋਰਡਿੰਗ ਪਾਸ ਲੈ ਲਈਏ ਉਦੋਂ ਸੀਟ ਨੰਬਰ ਦਿੰਦੇ ਹੋ ਤੁਹਾਨੂੰ ਉੱਥੇ ਜਾ ਕੇ ਠੀਕ ਆ ਵਿੰਡੋ ਸੀਟ ਇਹ ਵਿੰਡੋ ਸੀਟ ਨਹੀਂ ਮਿਲੀ ਹੈਗੀ ਇਹ ਤੁਸੀਂ ਉੱਥੇ ਜਾ ਕੇ ਲਾਈਨ 'ਚ ਲੱਗਣਾ ਉੱਥੇ ਜਾ ਕੇ ਉਹਨਾਂ ਨੂੰ ਕਹਿਣਾ ਕਿ ਸਾਨੂੰ ਵਿੰਡੋ ਸੀਟ ਦੇ ਦਿਓ ਉਹ ਪੁੱਛਦੇ ਹੁੰਦੇ ਕਿ ਸੀਟ ਕਿਹੜੀ ਲੈਣੀ ਤੁਸੀਂ ਉਹ ਵੀ ਗੱਲ ਆ ਕੀ ਆ ਹੁਣ ਬੱਚੀਆਂ ਗੱਲ ਆ ਵੀ ਗੱਲ ਯਾਰ ਬੀਬੀ ਆਪਣਾ ਹੀ ਜਾਦੂਗਰ ਹੁਣ ਇੱਧਰ ਐਨਲ ਪਹੁੜਾ ਪਹਿਲਾਂ ਬੀਬੀ ਕੀ ਕੀ ਗਿਆ ਕੀ ਫੜਾ ਐਨਲ ਬਾਤ ਪਹਿਲਾਂ ਬੀਬੀ ਕੀ ਗਿਆ ਕੀ ਨਾ ਕਰਿਆ ਕਰੋ ਬਹੁਤੇ ਆਰਗੂਮੈਂਟ ਨਾ ਕਰਿਆ ਹਲੋ ਕੀ ਗਿਆ ਸੀ ਪਹਿਲਾਂ ਆਰਗੂਮੈਂਟ ਵੀ ਆ ਕੀ ਐਨਲ ਪਹੁੜਾ ਕੀ ਹੁੰਦਾ ਏ ਹੁਣ ਬਾਹਰ ਜਾ ਕੇ ਮਿਹਨਤਾਂ ਕਰਨੀਆਂ ਜੇ ਤੇ ਕੰਮ ਤੇ ਚਲੋ ਕੈਨੇਡਾ ਜੇ ਇਸ ਟਾਈਮ ਨਹੀਂ ਹੈ ਠੀਕ ਆ ਪਰ ਕੋਈ ਨੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਹਾਂ ਕੰਮ ਦਵਾਉਣ ਦੀ ਕਿ ਤੈਨੂੰ ਅੱਗੇ ਕੰਮ ਕੰਮ ਮਿਲ ਗਿਆ ਕਰੇ ਠੀਕ ਆ ਬਾਕੀ ਗਾਇਸ ਰੋਟੀ ਘੱਟ ਤੇ ਕੰਮ ਕਿਉਂਕਿ ਇੱਥੇ ਤੂੰ ਬਹੁਤ ਫਰੀ ਦਾ ਖਾਦਾ ਬਹੁਤ ਐਸ਼ ਕਰ ਲਈ ਸਾਨੂੰ ਮਹਿੰਗੇ ਮਹਿੰਗੇ ਫੋਨ ਲੈ ਕੇ ਦਿੱਤੇ ਆਪਾਂ ਤੁਹਾਨੂੰ ਵਧੀਆ ਉੱਥੇ ਟੈਸਟੋਂ ਚ ਪੜਾਇਆ ਬ੍ਰਾਂਡਡ ਕੱਪੜੇ ਰੋਟੀ ਪਾਣੀ ਮੈਗਡੀ ਡੋਮੀਨੋ ਸਾਰਾ ਕੁਝ ਤੁਹਾਨੂੰ ਡਿਪਸ ਇੰਟਰਨੈਸ਼ਨਲ ਪਬਲਿਕ ਸਕੂਲ ਚ ਤੁਹਾਨੂੰ ਪੜਾਇਆ ਲਗਾਇਆ ਢਿਲਮਾ ਕਹਿ ਲੋ ਇੰਨੇ ਵੱਡੇ ਹੋਸਪਿਟਲ ਚ ਕਹਿੰਦੇ ਆ ਸਕੂਲ ਚ ਤੁਹਾਨੂੰ ਪੜਾਇਆ ਲਿਖਾਇਆ ਹੋਸਪਿਟੈਲਿਟੀ ਤੁਹਾਨੂੰ ਸਿਖਾਈ ਠੀਕ ਆ ਤੇ ਇੰਨਾ ਕੁਛ ਮਤਲਬ ਆਪਾਂ ਤੁਹਾਡਾ ਮਤਲਬ ਬਾਬਲ ਦੇ ਘਰੇ ਤੋਂ ਐਸ਼ ਕੀਤੀ ਹੁਣ ਤੂੰ ਬਾਬਲ ਦਾ ਘਰ ਛੱਡ ਕੇ ਚਲ ਜਾਣਾ ਵਾ ਕਿਸੇ ਗੋਰਿਆਂ ਦੇ ਘਰ ਚ ਠੀਕ ਆ ਉਹ ਆਪਣਾ ਦੇਸ਼ ਨੀ ਹੈਗਾ ਤੇ ਹੁਣ ਆਪਣੇ ਘਰ ਕੰਮ ਕਰੋ ਜਾਂ ਲੋਕਾਂ ਦੇ ਘਰ ਕੰਮ ਕਰੀਏ ਕਰਨਾ ਮੈਂ ਆਪਣੇ ਘਰ ਤੇ ਕਰਨਾ ਹੀ ਲੋਕਾਂ ਦੇ ਘਰ ਦੀ ਕਰਨਾ ਵਾ ਮੈਂ ਪੈਸੇ ਆਪਣੇ ਘਰ ਭੇਜਣੇ ਆ ਪੈਸੇ ਤੂੰ ਬਸ ਕੰਮ ਜਿੱਥੇ ਰੱਖੀ ਤੇ ਸਟਾਪ ਰੱਖਣਾ ਹੋਵੇ ਭਾਵੇਂ ਨਾ ਹੋਵੇ ਪੈਸੇ ਜ਼ਰੂਰ ਭੇਜਿਆ ਕਰਨੇ ਦਾਦੀ ਨੇ ਪਾਰਿਆ ਕਰਨੇ ਪੈਸੇ ਕਿੱਥੋਂ 8000 ਦੀ ਪੈਸੇ ਆ ਤੇ ਤੈਨੂੰ ਪਾਉਂਦੇ ਨੂੰ ਲੱਗ ਜਾ ਕਰਨਾ 8000 ਤੈਨੂੰ 8000 ਰੁਪਏ ਭੇਜਦੇ ਨੂੰ ਲੱਗ ਜਾ ਕਰਨਾ ਦੇਖ ਮੇਰੀ ਗੱਲ ਆ ਟਿਕਟਾਂ ਸਾਂਭ ਲਓ ਹੁਣ ਠੀਕ ਆ ਤਿੰਨ ਟਿਕਟਾਂ ਪਾਪਾ ਮੰਮਾ ਦੇ ਆਹੋ ਕਰਾਤੀ ਮੈਂ ਨਾਲ ਹੀ
ਬੀਬੀ ਨੂੰ ਯਕੀਨ ਨੀ ਹੁੰਦਾ ਕੀ ਗੱਲ ਦੇਖ ਲੈ ਇੰਨਾ ਵਿਸ਼ਵਾਸ ਦਾ ਪਾਤਰ ਆ ਤੂੰ ਕਿਤੇ ਤੇ ਝਾਟੀ ਯਕੀਨ ਕਰ ਲੈ ਜ਼ਰੂਰ ਸਾਰੀ ਦੁਨੀਆ ਕੇ ਅੱਜ ਸਵੇਰੇ ਫੈਮਿਲੀ ਮਿਲਣ ਆਈ ਉੱਥੋਂ ਰੁੱਤ ਕਰ ਰੁਤਬਾ ਉਮਰਾਂ ਦੱਸਦੀ ਆ ਨਹੀਂ ਫੈਨਾ ਤੋਂ ਪਛਾਣੇ ਜਾਣੇ ਬੀਬੀ ਮੈਂ ਰਿਚਾਰਜ ਕਰਕੇ ਦਿੱਤਾ ਤੈਨੂੰ ਪਰਸੋਂ ਆਏ ਏਦਾਂ ਨਾ ਕਹਿ ਤੇ ਰਿਚਾਰਜ ਹੋਇਆ ਤੇ ਫੋਨ ਚੱਲਣ ਡਿਆ ਨਾ ਹੁਣ ਪੈਸੇ ਉਹਨੇ ਕਿਹਾ ਵਿੰਡੋ ਸੀਟ ਕੀ ਕਰਨੀ ਤੂੰ ਜਿੰਨੇ ਪੈਸੇ ਉਹਨੇ ਉੱਥੇ ਜਾ ਕੇ 5 ਸਾਲਾਂ ਚ ਕਮਾਉਣੇ ਨਾ ਉਹਨੇ ਪੈਸੇ ਆਪਾਂ ਕਿੰਨੇ ਚਿਰ ਚ ਕਮਾ ਕੇ ਖਰਚ ਦੇਈਦੇ ਖਾ ਚੁੱਕੇ ਆ ਮਤਲਬ ਉਦਾਂ ਜਦੋਂ ਸਾਡਾ ਸਟੇਬਲ ਸੀ ਕੰਮ ਕਿੰਨੇ ਚਿਰ ਚ ਕਮਾ ਕੇ ਖਰਚ ਦੇਈਦੇ ਮਹੀਨੇ ਡੇਢ ਚ ਦੋ ਚ ਤੂੰ ਜਾਰੀ ਫੋਰੀ ਮਾਰਤੀ ਕਿੰਨਾ ਵੇਟ ਗਿਆ ਨਾ ਮੇਰਾ ਮਹੀਨੇ ਪਿਛਲੇ 2020-19 ਤੋਂ ਲੈ ਕੇ ਮੈਂ 2024 ਤੱਕ ਕਿੰਨਾ ਪੈਸਾ ਕਮਾਇਆ ਵਾ ਕੱਲਾ ਯੂਟਿਊਬ ਦਾ ਬੀਬੀ ਘਰ ਦੇ ਆ ਟਿਕਟਾਂ ਤੁਹਾਨੂੰ ਲੈ ਕੇ ਦਿੱਤੀਆਂ ਇੰਨੇ ਇੰਨਾ ਕੁਛ ਆਪਣੇ ਵੀਜ਼ੇ ਦੀ ਕੁਰਬਾਨੀ ਦੇ ਕੇ ਤੁਹਾਨੂੰ ਜਹਾਜ਼ ਬਣਾਇਆ ਸੀਗਾ ਏਅਰ ਇੰਡੀਆ ਤਾਂ ਫਿਰ ਬਿਜ਼ਨਸ ਕਲਾਸ ਦਾ ਜਹਾਜ਼ ਬਿਜ਼ਨਸ ਕਲਾਸ ਦੇ ਨਾਂ ਤੇ ਹੁੰਦਾ ਸੀਟ ਦਾ ਨਾਂ ਹੁੰਦਾ ਉਹ ਬਿਜ਼ਨਸ ਇੰਡੀਆ ਹੋਣਾ ਫਿਰ ਬੀਬੀ ਨੂੰ ਪਤਾ ਹੀ ਤੇਰੇ ਨਾਲੋਂ ਜ਼ਿਆਦਾ ਦਿਖਾਈ ਪ੍ਰਿੰਟ ਗਲਤ ਹੋ ਗਿਆ ਹੁਣ ਇਕਨੋਮੀ ਕਲਾਸ ਪ੍ਰਿੰਟ ਗਲਤ ਹੋ ਗਿਆ ਯਾਰ 10 ਬੰਦਾ ਇੱਕ ਵਾਰੀ ਆਉਂਗੀ ਵਾਪਸ ਬਿਜ਼ਨਸ ਕਲਾਸ ਇਹ ਤਾਂ ਮੈਂ ਹੀ ਜੇ ਤੁਹਾਨੂੰ ਟਿਕਟਾਂ ਕਰਾ ਦਿੰਦਾ ਤੇ ਤੁਸੀਂ ਬਿਜ਼ਨਸ 'ਚ ਬਹਿ ਜਾਂਦੇ ਤੁਸੀਂ ਇਕਨੋਮਿਕ 'ਚ ਛੱਡ ਤੂੰ ਉਦੋਂ ਵੀ ਮੈਨੂੰ ਕਹਿਣਾ ਭਾਜੀ ਇੰਡੀਆ ਤੋਂ ਸਸਤੀ ਹੁੰਦੀ ਆ ਇੰਡੀਆ ਤੋਂ ਕਰਾ ਦੇ ਨਹੀਂ ਕੈਨੇਡਾ ਦੀ ਫਲਾਈਟ ਏਅਰ ਇੰਡੀਆ ਹੁੰਦੀ ਆ ਯਾਰ ਜਹਾਜ਼ ਤੇ ਜਾਂਦੇ ਹੀ ਨਾ ਨੇ ਨੋਨ ਸਟਾਪ ਫਲਾਈਟ ਆ ਤੁਸੀਂ ਲਗਾਤਾਰ ਹੀ ਜਾਣਾ ਕਿਤੇ ਤੁਹਾਡਾ ਕੋਈ ਸਟੇ ਨਹੀਂ ਹੈਗਾ ਇਹ ਨੋਨ ਸਟਾਪ ਫਲਾਈਟ ਆ ਕਿ ਹਾਂ ਵੀ ਉਹ 10-40,000 ਮਹਿੰਗੀ ਹੋਈ ਆ ਭਾਜੀ ਫੇਰ ਵੀ ਮੈਂ ਇਹਨਾਂ ਦੋਵਾਂ ਜਾਣੀਆਂ ਦਾ ਸੋਚਿਆ ਮੈਨੂੰ ਪਾਗਲ ਬਣਾਈ ਲੜ ਪੈਂਦੀ ਅੱਗੇ ਪਿੱਛੇ ਕਰ ਸਕਦੇ ਇਸੇ ਟਿਕਟਾਂ ਚ ਪੈਸੇ ਨੀ ਦੇਣੇ ਪੈਣਗੇ ਦੂਜਾ ਇਹ ਨੋਨ ਸਟੋਪ ਇੱਕ ਵਾਰੀ ਜਹਾਜ਼ ਚ ਬਹਿ ਗਈਆਂ ਇਹ ਮੁੜ ਕੇ ਨੀ ਉਤਰਨਾ ਇਹਨਾਂ ਨੇ 14 ਘੰਟੇ ਲਗਾਤਾਰ ਤੁਸੀਂ ਸਿੱਧਾ ਵੈਨਕੂਵਰ ਹੀ ਪਹੁੰਚਣਾ ਅੱਗੇ ਆ ਕੇ ਤੁਹਾਨੂੰ ਗੁਰਵੀਰ ਹੋਣੀ ਲੈ ਜਾਣਗੇ ਉਸ ਤੋਂ ਬਾਅਦ ਜੇ ਨਹੀਂ ਹੈਗਾ ਉੱਥੇ ਜੇ ਇਹਨਾਂ ਨੂੰ ਮੈਂ ਸਟੋਪ ਵਾਲੀਆਂ ਕਰਾ ਦਿੰਦਾ ਇਹਨਾਂ ਦਾ ਕੀ ਪਤਾ ਇਹਨਾਂ ਨੇ ਦੁਬਈ ਬਾਹਰ ਫਿਰਨ ਲੱਗ ਪੈਣਾ ਹੈਗਾ ਤੇ ਇਹਨਾਂ ਦਾ ਕੀ ਪਤਾ ਉੱਥੇ ਜੇ ਪੈਰਿਸ ਪੂਰਿਸ ਹੁੰਦੀ ਤੇ ਕਹਿਣ ਲੱਗ ਪੈਂਦੀ ਫੋਟੋ ਸਟੋਰੀ ਪੂਰੀ ਮਾਰ ਆਈਏ ਜਾ ਕੇ ਮੁੜ ਕੇ ਇਹਨਾਂ ਨੂੰ ਅੰਦਰ ਨਾ ਵੜਨ ਦੇਣ ਵੀਜ਼ਾ ਦਿਖਾਓ ਏਦਾਂ ਨੀ ਬਾਹਰ ਨਿਕਲੀ ਜਾਂਦਾ
ਨਿਕਲਣ ਵੀ ਨਹੀਂ ਦਿੰਦੇ ਹੋ ਹੁਣ ਤੂੰ ਉਦੋਂ ਵੀ ਨਿਕਲ ਹੀ ਨਹੀਂ ਹੋਣਾ ਇੰਨਾ ਤੈਨੂੰ ਪਤਾ ਲੱਗਣਾ ਨਹੀਂ ਕਿ ਬਿਜ਼ਨਸ ਕਲਾਸ ਨਹੀਂ ਹੈਗੀ ਫੂਕ ਮਾਰ ਕੇ ਮੋਮਬੱਤੀ ਤੇ ਬੁਝਾ ਦੇ ਹੈਪੀ ਟਿਕਟ ਖਤਮ ਹੋ ਗਈ ਕਹਾਣੀ ਹੁਣ ਚਲ ਜਾਣਾ ਇਹਨਾਂ ਨੇ ਇਹਨਾਂ ਦੀ ਅਗਲੇ ਮਹੀਨੇ ਫਲਾਈਟ ਆ ਤੇ ਪਾਪਾ ਵਾਲੀ ਟਿਕਟ ਦਾ ਫਿਰ ਜਾਦੂ ਮੰਤਰ ਆਪਾਂ ਗਲਾ ਬਾਅਦ ਚ ਖਾਣੇ ਆ ਜਾਂਚ ਕਰਦੇ ਆ ਇਹ ਤੁਸੀਂ ਹੁਣ ਤੱਕ ਹੈਂਡ ਓਵਰ ਟੂ ਗਗਨ ਲਾਲੀ ਕੈਮਰਾਮੈਨ ਸੰਦੀਪ ਸਿੰਘ ਕੇ ਸਾਥ ਗਗਨ ਲਾਲੀ ਉਹ ਸਾਂਭ ਕੇ ਰੱਖਣੀ ਹੈ ਜਿਹੜਾ ਆਪਾਂ ਨਹੀਂ ਫੜ ਦੇ ਆਪਾਂ ਇੰਨਾ ਫਿਰ ਬਿੱਟੇ ਦੇ ਅੱਗ ਨਾਲ ਚੁੱਪ ਕਰਕੇ ਉੱਟ ਕੇ ਦਿੱਲੀ ਤੋਂ ਚੰਨਾ ਦਿੱਲੀ ਦਾ ਜੇ ਸਾਰੇ ਟੱਬਰ ਵੀ ਚੱਲ ਜਾਣਾ ਮੈਥ ਬੀਬੀ ਨੇ ਆਪਸ ਚ ਵੀ ਸਾਰੀ ਉਮਰ ਜੀ ਲੈਣਾ ਸਾਨੂੰ ਕੋਈ ਕੰਮ ਨੀ ਹੈਗਾ ਸਾਰਾ ਦਿਨ ਆਪਾਂ ਸਾਨੂੰ ਕੋਈ ਤੰਗੀ ਨਹੀਂ ਆਰਾਮ ਨਾਲ ਜੀ ਲੈਣਾ ਸਾਰੇ ਘਰ ਦੇ ਵਿੱਚ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਲੁੱਟਣਾ ਲੁੱਟ ਕੇ ਚੁੱਪ ਕਰਕੇ ਚੱਲ ਜਾ ਕਰਨਾ ਸਾਨੂੰ ਸਾਨੂੰ ਕੋਈ ਪਤਾ ਨੀ ਲੱਗਣਾ ਕਿਉਂਕਿ ਸਾਡੇ ਕੁੱਤੇ ਵੀ ਨੀ ਭੌਂਕਦੇ ਉਹ ਵੀ ਚੁੱਪ ਕਰਕੇ ਸੁੱਤੇ ਰਹਿੰਦੇ ਸਾਡੇ ਨਾਲ ਵਿੰਡੋ ਸੀਟ ਉੱਥੇ ਜਾ ਕੇ ਤੇਰੀ ਹੋਣੀ ਆ ਇੱਥੋਂ ਕੁਛ ਨਹੀਂ ਹੋਣਾ ਵਿੰਡੋ ਦਾ ਉੱਥੇ ਜਾ ਕੇ ਹੋਣੀ ਆ ਉੱਦਾਂ ਉਹਨਾਂ ਨੂੰ ਕਹਿਤਾ ਸੀ ਜੇ ਪਹਿਲਾਂ ਹੋ ਗਈ ਤਾਂ ਠੀਕ ਆ ਨਹੀਂ ਤਾਂ ਉੱਥੇ ਜਾ ਕੇ ਤੇਰੀ ਜਾਂਦੇ ਹੋ ਜਾਣੀ ਜਦੋਂ ਬੋਰਡਿੰਗ ਪਾਸ ਲੈਣਾ ਉਹਨਾਂ ਨੂੰ ਕਹਿ ਦੇਣਾ ਵਿੰਡੋ ਸੀਟ ਦੇ ਦਿਓ ਬਸ ਉਹਨਾਂ ਨੇ ਤੁਹਾਨੂੰ ਦੇ ਦੇਣੀ ਪਰ ਉਹਦੇ ਵਾਸਤੇ ਤੁਹਾਨੂੰ ਐਂਟਰੀ 2 ਘੰਟੇ ਪਹਿਲਾਂ ਕਰਨੀ ਪੈਣੀ ਸਭ ਤੋਂ ਪਹਿਲਾਂ ਲਾਈਨ 'ਚ ਲੱਗਣਾ ਪੈਣਾ ਜਾ ਕੇ ਬੈਕ ਉੱਥੇ ਛੱਡ ਜਾਓ ਬਾਹਰ ਹੀ ਲਾਈਨ 'ਚ ਲੱਗ ਜਾਓ ਬੀਬੀ ਜੇ ਮੈਂ ਬਾਹਰ ਜਾਂਦਾ ਸੱਤ ਸੱਤ ਆਹ ਫੜੀ ਫੋਨ ਫੜੀ ਇੱਕ ਸੱਤ ਸੁਣਾ ਦੇਵਾਂ ਮੈਂ ਟੁੱਟਣਾ ਤੇ ਅੱਜ ਦਾ ਚਲੋ ਦੇ ਲਈ ਆ ਪਰ ਮੈਂ ਫੇਰ ਵੀ ਇੱਕ ਸੱਚ ਸੁਣਾ ਦਵਾਂ ਦੇਖੋ ਹੁਣ ਉਹ ਵੀ ਚੱਲੀ ਹੈ ਮੈਂ ਵੀ ਚੱਲਾਂ ਮੈਂ ਤੇ ਨਹੀਂ ਚੱਲਾਂ ਠੀਕ ਆ ਹੁਣ ਉਹ ਚੱਲੀ ਚੁੱਪ ਜ਼ਿਆਦਾ ਗੁੱਸਾ ਨਹੀਂ ਠੀਕ ਆ ਹੁਣ ਉਹ ਚੱਲੀ ਆ ਠੀਕ ਆ ਕੱਲ ਨੂੰ ਮੰਨ ਲਓ ਇਹਦੀ ਜਗ੍ਹਾ ਮੈਂ ਚੱਲਾਂ ਹੁੰਦਾ ਤੇ ਫਿਰ ਤੁਹਾਡਾ ਦਿਲ ਲੱਗਣਾ ਸੀਗਾ ਚੁੱਪ ਚੁੱਪ ਨਹੀਂ ਉਹਦੇ ਜਾਣ ਤੇ ਨੀ ਨਾ ਇੰਨਾ ਹੋਣ ਡਿਆ ਕਿ ਜਾਵੇ ਜਾਵੇ ਮੈਂ ਨਹੀਂ ਹੋਣ ਡਿਆ ਚਲੋ ਹੁਣ ਜਾਣਾ ਜਾਵੇ ਜਾਣਾ ਹੀ ਜਾਣਾ ਵਾ ਉਹ ਕੋਈ ਚੱਕਰ ਨੀ ਹੈਗਾ ਤੂੰ ਨਾ ਹਜੇ ਜਾਈ ਛੱਡ ਪਰ ਇਹਨਾਂ ਨੂੰ ਜਾਣ ਦੇ ਤੈਨੂੰ ਫੇਰ ਵੀ ਝਟਕਾਂ ਕੱਟ ਤੈਨੂੰ ਜਾਗੀਆਂ ਪੈਂਦੀਆਂ ਸੀ ਚਲੋ ਮੈਂ ਵੀ ਆਪਣੀ ਵਾਰੀ ਇਹੀ ਰੂਲ ਅਪਣਾਇਆ ਕਰਨਾ ਨਜਾਇਜ਼ ਹੀ ਕੁੱਟਿਆ ਕਰਨਾ ਮੈਂ ਉਹਨੂੰ ਪੜਾਉਣਾ ਹੀ ਨੀ ਮੈਂ ਕਹਿੰਦਾ ਤੂੰ ਕੁੱਟ ਖਾ ਏਦਾਂ ਨਾ ਹੋਵੇ ਕਿਤੇ ਪੜ੍ਹ ਲੈ ਕੇ ਕੋਈ ਬਣ ਜਾਵੇ ਛਿੱਤਰ ਖਾ ਮੇਰਾ ਬਦਲਾ ਬੁਰਾ ਹੋ ਲੈਂਦਾ ਮੇਰਾ ਬਦਲਾ ਬੁਰਾ ਹੋ ਲੈਂਦੇ ਤੂੰ ਚੱਲ ਵਲੋਗ ਵਾਹਵਾ ਲੰਮਾ ਹੋ ਗਿਆ 12-13 ਮਿੰਟ ਹੋ ਗਏ ਕੋਈ ਗੱਲ ਨੀ ਹੋ ਗਿਆ ਤਾਂ ਫਿਰ ਹੁਣ 12-13 ਮਿੰਟਾਂ ਜੇ ਆਪਾਂ ਆਪਣੀ ਸਾਰੀ ਲਾਈਫ ਨੂੰ ਕੈਲਕੂਲੇਟ ਨਹੀਂ ਨਾ ਕਰ ਸਕਦੇ ਵੱਖ ਹੋ ਚੱਲਿਆ ਸਾਰਾ ਪਰਿਵਾਰ ਹੁਣ ਟੁੱਟ ਚੱਲਾ ਵਾ ਉਦੋਂ ਵੀ ਬਣਾਉਣਾ ਨਾ ਆਹੋ ਸੱਚ ਜਾਂਦੀ ਵਾਰ ਦਾ ਆਖਰੀ ਸਲਾਮ ਵੀ ਤਾਂ ਕਰਨਾ ਵਾ ਨਹੀਂ ਆਖਰੀ ਨਹੀਂ ਹੁੰਦਾ ਉਹ ਮਤਲਬ ਜਾ ਫੇਰ ਕਦੋਂ ਮਿਲਣਾ ਕਦੋਂ ਲੇਟ ਮਿਲਣਾ ਕਦੇ ਨਾ ਕਦੇ ਫੇਰ ਮਿਲਾਂਗੇ ਹਾਂ ਰੱਬ ਜਾਣੇ ਕਦੋਂ ਮਿਲਣਾ ਹੈ ਨਹੀਂ ਕੱਚੇ ਪੱਕੇ ਰਾਹਾਂ ਤੇ ਅੱਗੇ ਮੈਨੂੰ ਗਾਣਾ ਨਹੀਂ ਆਉਂਦਾ ਭੁੱਲ ਗਿਆ ਮੈਨੂੰ ਗਾਣਾ ਵੇ ਇੰਨਾ ਕਹੀ ਮੈਂ ਰੀਲ 'ਚ ਸੁਣਿਆ ਵੇ ਹੁਣ ਮਿਲਾਂਗੇ ਆਪਾਂ ਮੇਰੀ ਸ਼ਾਦੀ ਤੇ ਠੀਕ ਆ ਉਦੋਂ ਐਮਰਜੈਂਸੀ ਟਿਕਟ ਲੈ ਕੇ ਆ ਜਾਓ ਤੇ ਮੈਂ ਇਸ ਵਾਰ ਵਿਆਹ ਕਰਾਉਣਾ ਵਾ ਸੋਹਣੀ ਕੁੜੀ ਨਾ ਸਰਦਾਰਾਂ ਦੀ ਧੀ ਨਾ ਭੱਜ ਕੇ ਨਾ ਜੇ ਮੈਂ ਲੈ ਕੇ ਭੱਜਿਆ ਨਾ
ਓਹਨੂੰ ਮੈਂ ਲੈ ਕੇ ਹਜੇ ਭੱਜਣਾ ਹੀ ਆ, ਓਹਨਾ ਨੇ ਮੈਨੂੰ ਗੇਟ ਚ ਗੋਲੀ ਮਾਰ ਦੇਣੀ ਆ, ਬੰਦੇ ਥੋੜੇ ਗਲਤ ਆ, ਤਿਆਰੀਆਂ ਕਰੋ ਆਪਣੀਆਂ। 7 ਕਿਲੋ ਸੁਣਿਆ ਨੀ, 7 ਕਿਲੋ ਟਰਾਲੀ ਹੋ ਗਈ ਨਾ, ਨਹੀਂ ਭਾਈ 2 23 ਕਿਲੋ 1 7 ਕਿਲੋ ਇੱਕ ਜਿਹੜਾ ਬੈਗ ਲੈਪਟਾਪ ਬੈਗ ਹੁੰਦਾ ਉਹੀ 7 ਕਿਲੋ ਆ, ਕੈਬਨ ਬੈਗ ਨੂੰ ਕਹਿੰਦੇ ਉਹੀ 7 ਕਿਲੋ ਆ, ਤੇ 2 23 ਕਿਲੋ ਦੇ ਬੈਗ ਬਸ ਨਾਲੇ ਕਬੋਰੀ ਚ ਪਾ ਲੈਂਗੀ ਡੱਬੇ, ਹਾਂ ਬਸ ਇੰਨਾ ਹੀ ਆ, ਅਨਪੜੋ ਪਤਾ ਨਹੀਂ ਯਾਰ 7 ਕਿਲੋ ਹੁੰਦਾ ਵਾ। ਚਲੋ ਠੀਕ ਹੈ ਚੰਗਾ ਬਾਈ, ਚੁੱਪ, ਉਹ ਤਾਂ ਪਾ ਦੇਵਾਂਗੇ ਸਾਰਾ ਕੁਛ, ਆ ਵੀ ਵੀਰ ਬੈਠਾ ਵਾ ਇੱਕ ਕੈਮਰਾਮੈਨ ਆ ਵੀਰ ਗੱਲਾਂ, ਤੇ 50-50 ਕਰਨਾ, 50-50 ਕਰ ਹੋ ਜਾਣੇ ਮੁੜ ਕੇ ਕੱਢ ਲਾਂਗੇ ਇੱਕ ਪਲੇਟ ਚ ਆਏ 4 25-25 ਕਰ ਦੋ, ਚਲੋ ਜਿਹੜਾ ਪਹਿਲਾਂ ਪਲੇਟ ਮੰਗਾ ਗਿਆ ਗੱਲ ਖਤਮ, 8 2 10 ਉਹ ਰਾਜੇ ਦੇ ਆ ਗਏ, ਤੂੰ ਭਰਨੇ ਸ਼ੁਰੂ ਕਰ ਆਪਣੇ, ਆਲੂ ਭਰ ਕੇ ਰੱਖਣਾ, 2 14 ਡੋਬੇ ਭਰ ਕੇ ਰੱਖ ਦੇਣਾ ਫਿਰ ਫਟਾਫਟ ਖਾਣ ਵਾਲੇ ਕਰਾਂਗੇ, ਆਹੋ ਆਲੂ ਭਰ ਕੇ ਰੱਖੋ, 16 18 ਲੋ ਵੀ ਕੰਮ ਚੱਲਣ ਡਿਆ ਵਾ, ਮੈਚ ਸ਼ੁਰੂ ਹੋਣ ਲੱਗਾ ਵਾ, ਪਤਾ ਨਹੀਂ ਕਿੱਥੋਂ ਆ ਦਿਮਾਗ 'ਚ ਆ ਗਿਆ 20 ਤੇ ਬਸ ਆ ਗਿਆ ਸਾਡੇ ਦਿਮਾਗ 'ਚ, ਅਸੀਂ ਕਰਨ ਲੱਗੇ ਉਦਾਂ ਪਹਿਲਾਂ ਕਿੰਨੇ ਚਿਰ ਦਾ ਗੇਮਿੰਗ ਚੈਨਲ ਦਾ ਲਾਈਵ ਹੋ ਗਿਆ ਹਟੇ ਯੂਟਿਊਬ ਤੇ, ਚੱਲੋ ਸ਼ੁਰੂ ਕਰ ਆਪਣਾ ਵੀ ਭਰਨਾ, ਭਰਨੇ ਸ਼ੁਰੂ ਕਰ ਦੋ ਨਾ ਤੋੜ ਕੇ, ਆਲੂ ਭਰਨੇ ਸ਼ੁਰੂ ਕਰੋ ਤੁਸੀਂ, ਮੁੜ ਕੇ ਇਕੱਠੇ ਸ਼ੁਰੂ ਕਰ ਲੈਣਾ, ਜਿੰਨੇ ਪਹਿਲਾਂ ਪਲੇਟ ਮੰਗਾਤੀ ਉਹ ਪਹਿਲੇ ਤੇ, ਜਿੰਨਾ ਦੂਜੇ ਤੇ ਦੂਜੇ ਤੇ, ਇਦਾਂ ਹੀ ਰੱਖੋ ਵੀ ਆਲੂ ਵੀ ਇਦਾਂ ਉੱਥੇ ਭਰਨੀ, ਨਹੀਂ ਨਹੀਂ ਫਿਰ ਲੇਟ ਹੋ ਜਾਣਾ, ਕੋਈ ਜਿੱਤਣ ਹਾਰਨ ਦਾ ਵੀ ਰੱਖ ਲੈਨੇ ਆ, ਚਲੋ ਉਹ ਪਲੇ ਬਟਨ ਉਹਦਾ ਨਹੀਂ ਹੈਗਾ ਜਿਹੜਾ ਜਿੱਤਿਆ, ਠੀਕ ਹੈ ਉਹ ਮੇਰਾ ਹੀ ਰਹਿਣਾ, ਚੱਲ ਜਿਹੜਾ ਜਿੱਤ ਗਿਆ ਉਹਨੂੰ ਮੈਂ ਉਹਦੇ ਨਾਂ ਦਾ ਪਲੇ ਬਟਨ ਲੈ ਕੇ ਦਊਂਗਾ, ਠੀਕ ਹੈ ਸਹੀ ਗੱਲ ਹੈ, ਆਹੋ ਤੈਨੂੰ ਮੈਂ ਤੇਰੇ ਨਾਂ ਦਾ ਪਲੇ ਬਟਨ ਲੈ ਦਊਂਗਾ ਇਹਦੇ ਨਾਲ ਦਾ, ਸੇਮ ਤੇਰੇ ਨਾਂ ਦਾ, ਮੇਰੇ ਕੋਲ ਇੱਕ ਪਿਆ ਵਾ ਮੈਂ ਇੱਕ ਲੈ ਸਕਦਾ ਹਾਂ, ਹੋਰ ਇਹਦੇ ਨਾਲ ਦਾ ਸੇਮ ਪਲੇ ਬਟਨ ਮੈਂ ਇੱਕ ਹੋਰ ਖਰੀਦ ਸਕਦਾ ਵਾਂ, ਮੈਂ ਤੇਰੇ ਨਾਂ ਦਾ ਲੈ ਦੂੰਗਾ, ਜੋ ਵੀ ਗਾਈ ਲੱਗ ਗਿਆ ਵਾ ਕਿ ਜਿਹੜਾ ਵਿਨਰ ਹੋਇਆ ਮੈਨੂੰ ਛੱਡ ਕੇ, ਮੇਰੇ ਕੋਲ ਚਲੋ ਹੈਗਾ, ਜਿਹੜਾ ਹੋਰ ਵਿਨਰ ਹੋਊਗਾ ਉਹਨੂੰ ਮੇਰੇ ਨਾਂ ਦਾ ਪਲੇ ਬਟਨ ਲੈ ਕੇ ਦਊਂਗਾ ਉਹਦੇ ਚੈਨਲ ਦੇ ਨਾਂ ਦਾ, ਸਾਬੀ ਜਿੱਤ ਗਿਆ ਤਾਂ ਸੰਦੀਪ ਸਾਬੀ ਦੇ ਨਾਂ ਦਾ ਯੂਟਿਊਬ ਚੈਨਲ ਦਾ ਪਲੇ ਬਟਨ, ਰਾਜੇ ਦੇ ਦਾ ਨਹੀਂ ਤਾਂ ਜੁਝਾਰ ਦਾ ਤਾਂ ਚਲੋ ਹੈਗਾ ਹੀ ਆ, ਕੀ ਤੇਰੇ ਚੈਨਲ ਜੁਝਾਰ ਬਲੌਗ ਹੈਗਾ ਹੀ ਆ, ਤਾਂ ਆਪਾਂ ਬਸ ਉਹ ਫਿਰ ਪਲੇ ਬਟਨ ਬਣਾ ਦੇਣਾ ਇਹਨੂੰ, ਠੀਕ ਹੈ ਸਾਨੂੰ ਸਾਡੇ ਕੋਲ ਇੱਕ ਪਲੇ ਬਟਨ ਦੀ ਆਪਸ਼ਨ ਹੁੰਦੀ ਆ, ਜਿੱਦਾਂ ਮੰਨ ਲਓ ਮੇਰਾ ਇਹ ਗਵਾਚ ਜਾਵੇ ਤਾਂ ਮੈਂ ਇੱਕ ਪਲੇ ਬਟਨ ਹੋਰ ਯੂਟਿਊਬ ਕੋਲੋਂ ਲੈ ਸਕਦਾ, ਤਾਂ ਉਸ ਤੋਂ ਬਾਅਦ ਪੈਸਿਆਂ ਦੇ ਲੈਣੇ ਪੈਂਦੇ ਫਿਰ, ਯਾਰ ਇਹ ਹੈਗਾ ਮੇਰੇ ਖਿਆਲ 11-12 ਹਜ਼ਾਰ ਰੁਪਏ ਦਾ ਇੱਕ ਪਲੇ ਬਟਨ ਹੁੰਦਾ, ਗੋਲਡਨ ਥੋੜ੍ਹਾ ਜ਼ਿਆਦਾ ਮਹਿੰਗਾ 22,000 ਦਾ, ਫ੍ਰੀ ਮਿਲਣਾ ਨਾ ਇੱਕ, ਫ੍ਰੀ ਮਿਲਣਾ ਵੀਰ, ਘਰੇ ਜਾ ਕੇ ਨਾ ਦੱਸੀ ਗੱਲ ਸੱਚੀ ਆ, ਗੱਲ ਸੱਚੀ ਆ, ਧਿਆਨ ਹੀ ਨਾ ਦੇਈ, ਚਲੋ ਵੀ ਆਪਾਂ ਕਰ ਲਈਏ ਪ੍ਰਿਪਰੇਸ਼ਨ ਕਰ ਲਈਏ, 3 2 1 ਗੋ ਗੋ ਚਾਰ ਪਲੇਟਾਂ ਵਾ 25-25-25-25 50-50-100-200 ਗੋਲਗੱਪਾ ਹੋ ਗਿਆ, ਤੇ 25-25 ਆਪਾਂ ਖਾਣੇ ਆ ਸਾਰਿਆਂ ਨੇ, ਜਿਹੜੇ ਜਿੰਨੇ ਗੋਲਗੱਪੇ ਸਭ ਤੋਂ ਪਹਿਲਾਂ ਖਾ ਲਏ ਠੀਕ ਆ ਉਹ ਜਿੱਤ ਗਿਆ, ਉਹਨੂੰ ਆਪਾਂ ਦੇਣਾ ਇਹਦੇ ਨਾਲ ਦਾ ਸਿਲਵਰ ਪਲੇ ਬਟਨ, ਉਹਦੇ ਹੀ ਨਾਮ ਦਾ ਰੀਜਨਲ ਪਲੇ ਬਟਨ ਮੈਂ ਆਪਣੇ ਚੈਨਲ ਤੋਂ ਮੰਗਵਾ ਕੇ ਦਊਂਗਾ, ਠੀਕ ਆ ਇਹਨਾਂ ਤਿੰਨਾਂ 'ਚ ਜਿਹੜਾ ਵੀ ਜਿੱਤਿਆ, ਜੇ ਮੈਂ ਜਿੱਤਿਆ ਇਹ ਤਿੰਨੇ ਰਲ ਮਿਲ ਕੇ ਮੇਰੇ ਲਈ ਕੁਛ ਵੀ ਕਰ ਸਕਦੇ ਆ, ਕੀ ਕਰੋਗੇ ਮੇਰੇ ਲਈ, ਮੈਨੂੰ ਵੀ ਤੇ ਯਾਰ ਸੋਚਾਂਗੇ ਕੁਝ, ਭਰਾ ਆਪਾਂ ਹਾਸਾ
ਚੱਲ ਛੱਡ ਕੋਈ ਨੀ ਆਪਾਂ ਰਹਿ ਲੂੰਗਾ ਨਾ ਬਸ ਠੀਕ ਆ ਆਪਾਂ ਝਾਟੀ ਮਗਾ ਦੇਣਾ ਵਾ ਤੇ ਬਸ ਜਿਹਨੇ ਪਹਿਲਾਂ ਖਾ ਲਿਆ ਉਹਦਾ ਸਿਲਵਰ ਗ੍ਰੇ ਬਟਨ ਚਲੋ ਇੱਕ ਮੈਂ ਤਿੰਨ ਗੇਮ ਤੱਕ ਸ਼ੁਰੂ ਕਰਿਓ ਨਾਲੇ ਰੂਲ ਇਹ ਆ ਕਿ ਜਿਹੜਾ ਪਹਿਲਾਂ ਮਕਾਊਗਾ ਉਹ ਫਸਟ ਆਊਗਾ ਜਿਹੜਾ ਵਿੱਚ ਛੱਡ ਗਿਆ ਉਹਦਾ ਕੋਈ ਰੈਂਕ ਹੀ ਹੈ ਨੀ ਗਾ ਉਹ ਮਤਲਬ ਨਿਕਲ ਗਿਆ ਉਹ ਵਿੱਚੋਂ ਹਾਰ ਗਿਆ ਮਤਲਬ ਜਿਤਨਾ ਰੈਂਕ ਉਹਨੂੰ ਹੀ ਮਿਲਣਾ ਵਾ ਜਿਹੜਾ ਪੂਰੀ ਪਲੇਟ ਖਤਮ ਕਰੂਗਾ ਠੀਕ ਆ ਖਤਮ ਤੁਹਾਨੂੰ ਕਰਨੀ ਪੈਣੀ ਭਾਵੇਂ ਲੇਟ ਕਰੋ ਜਿਤਨਾ ਉਹਨੇ ਹੀ ਮਤਲਬ ਰੈਂਕ ਉਹਨੂੰ ਹੀ ਮਿਲਣਾ ਤੇ ਚਲੋ ਵੀ ਇੱਕ ਤਿੰਨ ਖੇਡਣ ਤੋਂ ਸ਼ੁਰੂ ਕਰ ਦਿਓ ਇੱਕ ਦੋ ਤਿੰਨ ਨਹੀਂ ਖਾਦੇ ਜਾਣ ਡੇ ਕੱਪੜਾ ਮਾਰੂੰਗਾ ਹੁਣ ਭਰ ਪੂਰਾ ਬਾਂਦਰ ਜਿਹਾ ਕਰਦਾ ਭਰ ਉਹਨੂੰ ਪੂਰਾ ਭਰ ਇੰਨੇ ਮਜ਼ੇ ਮਜ਼ੇ ਖਾਣੇ ਆ ਵਿਆਹ ਗਿਆ ਆ ਜੀ ਯਾਰ ਨੂੰ ਨਹੀਂ ਮਿਲਣਾ ਸੁੱਕਾ ਵੈਸੇ ਵੀ ਸੰਗ ਜੀ ਉਹਨਾਂ ਨੂੰ ਗਿੱਲਾ ਕਰੂੰਗੇ ਉਹ ਜੀ ਗੱਲ ਤੇ ਦੋ ਤਿੰਨ ਨੂੰ ਨਹੀਂ ਮਿਲਣਾ ਲਾਗੇ ਕਰੀ ਮਾੜਾ ਰੋਇਆ ਖਾਈ ਜਾਂਦਾ ਯਾਰ ਰੋਇਆ ਖਿੱਚ ਗਿਆ ਖਰਾਬ ਕਰਤਾ ਮੈਂ ਸਾਬੀ ਨਹੀਂ ਨਹੀਂ ਵਿੱਚ ਸਾਰੇ ਛਿੱਟੇ ਮਾਰਦੇ ਆ ਸੈਨੀਟਾਈਜ਼ਰ ਵਾਲੇ ਮੇਰੇ ਚ ਮਾਰ ਦੇ ਤੂੰ ਯਾਰ ਮੂੰਹ ਨਾ ਦੇਖੋ ਇੱਕ ਦੂਜੇ ਦਾ ਸ਼ਾਂਤ ਕਿਉਂ ਗਏ ਤੁਸੀਂ ਏਡਾ ਉਹ ਨਹੀਂ ਹੋਏ ਉਧਰ ਚਾਰ ਟੁੱਟਣ ਜਲ ਤੂੰ ਤੈਨੂੰ ਤੂੰ ਤਾਂ ਪਲੇ ਬਟਨ ਨਹੀਂ ਜਿੱਤਣਾ ਪਲੇ ਬਟਨ ਉਧਰ ਦੇਖ ਲਾ ਗਿਆ ਓਏ ਰਾਜੇ ਉਹ ਰਾਜਾ ਖਾ ਗਿਆ ਯਾਰ ਸੱਚੀ ਰਾਜਾ ਬਹੁਤ ਰਾਜੇ ਦਾ ਮੂੰਹ ਦੇਖ ਯਾਰ ਉਹ ਕਿਹੋ ਜਿਹਾ ਟਾਸਕ ਹੋਇਆ ਯਾਰ ਕੀ ਕੀਤਾ ਆਪਾਂ ਚੈਲੰਜ ਕੀਤਾ ਕੁੱਟਾ ਫੁੱਦੂ ਚੈਲੰਜ ਕਰ ਲਿਆ ਯਾਰ ਆਪਾਂ ਇਹ ਕੁੜੀਆਂ ਕੜੀਆਂ ਵਾਲੇ ਚੈਲੰਜ ਆ ਵੀਰ ਸਾਰੀਆਂ ਲੇਡੀਜ਼ ਆ ਜਾਓ ਤੁਹਾਡੇ ਆਸਤੇ ਰਹਿ ਗਿਆ ਏ ਤਾਂ ਗੱਲ ਚ ਫਸ ਕੇ ਬਸ ਕਰ ਯਾਰ ਰਾਜੇ ਨੂੰ ਦੇ ਦੇ ਭਰਾਵਾ ਜਿਹਨੇ ਲੈਣਾ ਸੀ ਤੈਨੂੰ ਲੱਗਦਾ ਇਹਨਾਂ ਫੋਟੋ ਵੀ ਨੀ ਖਿੱਚਿਆ ਹੁਣ ਮਿਲਣਾ ਤੂੰ ਸਾਰੀਆਂ ਛੱਡ ਤੂੰ ਆਹ ਦੋ ਪਲੇਟਾਂ ਖਾ ਲਾ ਤਾਂ ਵੀ ਮਿਲ ਜੂਗਾ ਰਾਜੇ ਦਾ ਅਖੀਰਲਾ ਗੋਲ ਗੱਪਾ ਯਾਰ ਖਾ ਗਿਆ ਸਾਰੇ ਮੇਰੇ ਵੀ ਖਾ ਗਿਆ ਬਾਕੀ ਕਿਸੇ ਦਾ ਕੋਈ ਰੈਂਕ ਹੀ ਹੈ ਨੀ ਮੈਂ ਪਹਿਲਾਂ ਕਿਹਾ ਜਿਹਦੀ ਪਲੇਟ ਖਾਲੀ ਹੋਊਗੀ ਰੈਂਕ ਉਹਦਾ ਸੋ ਵਿਜੇਤਾ ਇੱਕੋ ਬੰਦਾ ਵਾ ਉਹ ਹੈਗਾ ਵਾ ਰਾਜ ਮੇਰੀ ਗੱਲ ਸੁਣ ਮੈਂ ਪਹਿਲੇ ਸਾਰੇ 25-25 ਪਾਏ ਨਾ ਮੈਂ ਪਾਏ ਵੀ 20 ਹੈਗੇ ਉਹ ਚ ਵੀ 5 ਤੇ ਦਿੱਤੇ ਇਹ ਸਾਰੇ ਖਾ ਗਿਆ ਮੈਂ ਚ 20 ਪਾਏ ਆਪਣੇ ਚ ਗੱਲ ਘੱਟ ਪਾਏ ਕਿ ਮੈਂ ਕਿੱਥੇ ਜਾਊਗਾ ਹਾਰ ਗਏ ਪਲੇ ਬਟਨ ਲੈਣਾ ਇਹਨੇ
ਪਲੇ ਬਟਨ ਲੈਣਾ ਸੀ ਬਾਈ ਦੀ ਚਲੋ ਫਿਰ ਖਾਰ ਗਿਆ ਤੂੰ ਛੱਡ ਦੇ ਵਿੱਚ ਹੀ ਰਹਿਣ ਦੇ ਚਲੋ ਓਕੇ ਰੋਟੀ ਖਾਈ ਜਾਏਗੀ ਅਬ ਨਹੀਂ ਤੁਮਕੋ ਦਿੱਲੀ ਜਾਣਾ ਹੈ ਦਿੱਲੀ 5 ਵਜੇ ਟ੍ਰੇਨ ਉਤਰ ਜਾਏਗੀ ਉਸਕੇ ਆ ਗਏ ਫਿਰ ਪਾਪਾ ਲੈਣੇ ਆ ਜਾਏਗੇ ਤੂੰ ਨੀ ਨਾ ਜਾਣਾ ਲੈਣ ਨੂੰ ਛੱਡਣ ਚਲੋ ਆਪਾਂ ਬਾਈ ਕੋਲ ਛੋੜਨੇ ਚਲੇਗੇ ਦਿੱਲੀ ਬਾਈ ਤੇਰੇ ਕੋਲ ਛੋੜਨੇ ਨਹੀਂ ਉਦੋਂ ਸਾਬੀ ਕੀ ਕਹਿਣ ਡਿਆ ਸੀਗਾ ਜਦੋਂ ਚਾਬੀ ਦੀ ਗੱਲ ਚੱਲੀ ਸੀਗੀ ਤੈਨੂੰ ਕੀ ਸੁਣਿਆ ਕੀ ਸੁਣਿਆ ਚੱਲ ਓਏ ਸਟੋਰੀ ਪਾ ਲਈਏ ਚੇਅਰਸ ਕਰ ਲਾ ਬਾਕੀਆਂ ਨੂੰ ਵੀ ਆ ਲੈ ਦੋ ਦਫਾ ਕਰ ਅੱਜ ਆਪਾਂ ਆਪਣਾ ਪਹਿਲਾ ਲਾਈਵ ਕਰਨਾ ਵਾ ਇਹ ਤਾਂ ਚਲੋ ਆਪਣੇ ਵਲੌਗ 'ਚ ਆਪਾਂ ਐਡ ਕਰਨ ਲੱਗੇ ਕਿ ਤੁਹਾਨੂੰ ਇੱਕ ਵਾਰੀ ਸੂਚਿਤ ਕਰ ਦਈਏ ਕਿ ਆਪਾਂ ਲਾਈਵ ਸਟ੍ਰੀਮਿੰਗ ਸ਼ੁਰੂ ਕਰਨ ਲੱਗੇ ਹਾਂ ਤਾਂ ਪਹਿਲਾਂ ਆਪਾਂ ਸਾਡੇ ਕੋਲ ਕੈਮਰਾ ਨਹੀਂ ਹੈਗਾ ਅਤੇ ਆਪਾਂ ਕੈਮਰਾ ਆਰਡਰ ਕੀਤਾ ਅੱਜ ਕੱਲ੍ਹ ਐਮਾਜੋਨ ਤੋਂ ਨਾ 6 ਘੰਟਾ 'ਚ ਡਿਲੀਵਰੀ ਹੋਈ ਸੀ ਪਹਿਲਾਂ ਆਪਾਂ ਸਾਰਾ ਜਲੰਧਰ ਸ਼ਹਿਰ ਫਿਰਿਆ ਸਾਨੂੰ ਕਦੋਂ ਕੈਮਰਾ ਨਹੀਂ ਲੱਭਿਆ ਕਿਉਂਕਿ ਇੱਕ ਦੁਕਾਨ 'ਤੇ ਆਪਾਂ ਗਏ ਅਤੇ ਤੂੰ ਤੈਨੂੰ ਦੱਸੀ ਗੱਲ ਇੱਕ ਦੁਕਾਨ 'ਤੇ ਤੇਰੇ ਸਾਹਮਣੇ ਕਿਹਾ ਸੀ ਮੇਰੇ ਖਿਆਲ ਉਹਨੇ ਇੱਕ ਦੁਕਾਨ 'ਤੇ ਆਪਾਂ ਗਏ ਉਸ ਜਾ ਕੇ ਆਪਾਂ ਪਹਿਲਾਂ ਸਾਰੇ ਕਿਹੜੀ ਮਾਰਕੀਟ ਆ ਜਿੱਥੋਂ ਮਿਲਦੀਆਂ ਆਪਣੇ ਜਲੰਧਰ ਸੈਂਟਰ ਟਾਊਨ ਤੋਂ ਨਾ ਗੇਮਾਂ ਦੀਆਂ ਦੁਕਾਨ ਆ ਤਾਂ ਉੱਥੇ ਨਾ ਆਪਾਂ ਇੱਕ ਦੁਕਾਨ 'ਤੇ ਜਾ ਕੇ ਜਦੋਂ 4th-5th ਦੁਕਾਨ 'ਤੇ ਪੁੱਛਿਆ ਤਾਂ ਆਪਾਂ ਕਿਹਾ ਅੰਕਲ ਕਿਤੋਂ ਮਿਲਣ ਕਿਉਂ ਨਹੀਂ ਡਿਆ ਉਹ ਕਹਿੰਦਾ ਫਜ਼ੂਲ ਖਰਚੀਆਂ ਕੋਈ ਕੋਈ ਕਰਦਾ ਹੁੰਦਾ ਕਿਉਂਕਿ ਕੈਮਰਾ ਹੈ ਕਿ ਇਹ ਕੰਮ ਦਾ ਨਹੀਂ ਹੁੰਦਾ ਇਹ ਸਿਰਫ ਲਾਈਵ ਸਟ੍ਰੀਮ ਲਈ ਪਲੇਅ ਸਟੇਸ਼ਨ ਦਾ ਕੈਮਰਾ ਬਣਿਆ ਇਹ ਸਿਰਫ ਜਿਨ੍ਹਾਂ ਨੇ ਲਾਈਵ ਸਟ੍ਰੀਮ ਕਰਨੀ ਹੁੰਦੀ ਨਾ ਉਹ ਹੀ ਯੂਜ਼ ਕਰਦੇ ਆ ਜਲੰਧਰ ਦੇ ਵਿੱਚ ਮੇਰੇ ਹਰ ਸਾਰਾ ਕੁਛ ਮਿਲਦਾ ਇਹੀ ਨਹੀਂ ਮਿਲਿਆ ਕਿਉਂਕਿ ਕਿਸੇ ਨੇ ਖਰੀਦਿਆ ਹੀ ਨਹੀਂ ਹੈ ਅਤੇ ਆਪਣਾ ਕੈਮਰਾ ਆ ਗਿਆ ਇਹਨੂੰ ਅਨਬੋਕਸਿੰਗ ਕਰਦੇ ਹਾਂ ਅੱਜ ਕਰਾਂਗੇ ਆਪਾਂ ਸੈਟਅਪ ਰਿਮੋਟ ਬਣਾਈ ਪਲੇਅ ਸਟੇਸ਼ਨ ਦਾ ਅਤੇ ਆਪਾਂ ਹੁਣ ਕਰਿਆ ਕਰਨਾ ਉੱਦਣ ਲਾਈਵ ਹੋਇਆ ਸੀ ਮੈਂ ਯੂਟਿਊਬ 'ਤੇ ਸਾਰਿਆਂ ਨੂੰ ਪੁੱਛਿਆ ਕਿ ਹੈ ਨਾ ਵੀ ਲਾਈਵ ਸਟ੍ਰੀਮ ਸ਼ੁਰੂ ਕਰ ਦਈਏ ਆਪਾਂ ਕੀ ਮਾਹੌਲ 'ਚ ਆਇਆ ਸਾਰਿਆਂ ਨੇ ਇਹਨੂੰ ਕਿਹਾ ਕਿ ਹਾਂਜੀ ਲਾਈਵ ਸਟ੍ਰੀਮ ਸ਼ੁਰੂ ਕਰੋ ਲਾਈਵ ਸਟ੍ਰੀਮ ਸ਼ੁਰੂ ਕਰੋ ਸੋ ਆਪਾਂ ਪਹਿਲਾਂ ਆਪਣੇ ਇਸ ਅਫੀਸ਼ੀਅਲ ਚੈਨਲ 'ਤੇ ਲਾਈਵ ਸਟ੍ਰੀਮ ਸ਼ੁਰੂ ਕਰਾਂਗੇ ਰੋਜ਼ ਅਸੀਂ ਲਾਈਵ ਹੋਇਆ ਕਰਨਾ ਟਾਈਮ ਦਾ ਕੋਈ ਐਡਾ ਖਾਸ ਨਹੀਂ ਪਤਾ ਰਾਤ ਨੂੰ ਤਾਂ ਡੇਲੀ ਲਾਈਵ ਹੋਇਆ ਕਰਾਂਗੇ 2-2, 3-3 ਘੰਟੇ ਤੱਕ ਜੋ ਵੀ ਅਪਡੇਟ ਆ ਗਈ ਅਪਡੇਟ ਦਿਲਾ ਦਈਏ ਇਹਨੂੰ ਨਾਲ ਬਾਈ ਫਿਰ ਬਹੁਤ ਤੇਜ਼ ਆਪਣਾ ਜੀਓ ਦਾ ਸਾਡੀ ਅਪਡੇਟ ਹੋਏ ਨਾ ਅਤੇ ਫਿਰ ਇਸ ਕਰਕੇ ਸਾਰਿਆਂ ਨੇ ਕਮੈਂਟ ਕੀਤੇ ਵੀ ਆਪਾਂ ਗੇਮਾਂ ਵਗੈਰਾ ਪੁੱਛੀਆਂ ਜ਼ਿਆਦਾਤਰ ਨੇ GTA 5 ਦਾ ਦੱਸਿਆ ਸੀਗਾ ਪਰ ਅੱਜ ਆਪਾਂ ਖੇਡਾਂਗੇ ਆਪਸ ਦੇ ਵਿੱਚ ਮੈਂ ਤਾਂ ਸਭ ਹੀ ਮੋਡਲ ਕੰਬੈਟ ਠੀਕ ਆ ਉਹਦਾ ਵੀ ਤੁਹਾਨੂੰ ਦਿਖਾ ਦਿੰਦੇ GTA 5 ਆਪਾਂ ਨਹੀਂ ਖੇਡਣੀ ਅੱਜ ਅੱਜ ਆਪਾਂ ਖੇਡਾਂਗੇ ਮੋਡਲ ਕੰਬੈਟ ਲਾਈਵ ਹੋ ਕੇ ਪਹਿਲਾ ਲਾਈਵ ਪਾਉਣਾ ਆਪਾਂ ਇਹ ਹੈਗੀ ਆ ਗੇਮ ਠੀਕ ਹੈ ਕਈਆਂ ਨੂੰ ਪਤਾ ਹੋਣਾ ਕਈਆਂ ਨੂੰ ਇਹਦੇ ਬਾਰੇ ਨਹੀਂ ਪਤਾ ਹੋਣਾ ਅਤੇ ਬਸ ਆਪਣੀ ਹੋ ਜਾਵੇ ਲੋ ਵੀ ਆਪਣੀ ਪ੍ਰੋਫਾਈਲ ਆ ਗਈ ਗੂਗਲ ਵਾਲੀ ਅਤੇ ਇਹ ਹਜੇ ਆਪਾਂ ਯੂਟਿਊਬ 'ਤੇ ਚੈੱਕ ਚੁੱਕ ਕਰਕੇ ਠੀਕ ਆ ਕੈਮਰੇ ਦਾ ਸਾਰਾ ਸਿਸਟਮ ਕਰਨਾ ਵਾ ਪਹਿਲਾਂ ਆਪਾਂ ਇਹਨੂੰ ਦੇਖੀਏ ਇਹਦੇ ਵਿੱਚੋਂ ਨਿਕਲਦਾ ਕੀ ਆ ਦਲਜੀਤ ਦਾ ਡੱਬਾ ਪੜ ਦੋ ਡੱਬਾ ਕਿੱਦਾਂ ਹੋਇਆ ਡੱਬੇ ਦੀ ਬੇੜਾ ਗਰਕ ਕਰਤਾ ਡੱਬੇ ਦਾ ਦਲਜੀਤ ਦਾ ਗਾਲ ਕੱਢਣੀ ਉਹ ਵੀ ਅਨਬੋਕਸਿੰਗ ਹੋਣ ਲੱਗੀ ਕੈਮਰੇ ਦੀ ਸਿਰਫ ਲਾਈਵ ਸਟ੍ਰੀਮ ਵਾਸਤੇ ਹੁੰਦਾ ਨਵਾਂ ਕੈਮਰਾ ਆਹ ਚੱਕਰ ਇਹ ਨਵਾਂ ਕੈਮਰਾ ਵਾ
ਨਿਊ ਕੈਮਰਾ, ਬ੍ਰੈਂਡ ਨਿਊ ਕੈਮਰਾ, ਨਵਾਂ ਕੈਮਰਾ ਲਿਆ ਵਾ ਮੈਂ, ਕਿਹਾ ਦੱਸ ਦਈਏ ਇਹਦਾ ਪ੍ਰਾਈਜ਼ ਹੈਗਾ ਵਾ, ਉੱਦਾਂ ਦੇ ਹੈਗਾ ਵਾ 5190, ਕਿੰਨੇ ਹੋ ਗਏ 5100 ਆਪਣੀ ਗੇਮ ਚ ਉਹ ਸਾਰਾ ਪ੍ਰੋਸੈਸ ਸਾਨੂੰ ਯੂਟਿਊਬ ਤੋਂ ਦੇਖ ਕੇ ਪਤਾ ਲੱਗੂਗਾ, ਸਾਰਾ ਕੁਛ ਸੈੱਟ ਸੁੱਟ ਕਰਕੇ ਤੇ ਫਿਰ ਆਪਾਂ ਲਾਈਵ ਹੋ ਜਾਣਾ ਸਿੱਧਾ, ਤੇ ਇਹਦੇ ਵਿੱਚ ਤੁਹਾਨੂੰ ਥੋੜੀਆਂ ਬਹੁਤੀਆਂ ਕਲਿੱਪਾਂ ਦਿਖਾ ਦਾਂਗੇ, ਬਾਕੀ ਸਾਰਾ ਲਾਈਵ ਦੇ ਵਿੱਚ ਤੇ ਮਤਲਬ ਜੋ ਵੀ ਆਪਾਂ ਤੁਹਾਨੂੰ ਕਹਿਣ ਦੇ ਨਾ ਜਿਹਦਾ ਲਾਈਵ ਸਟ੍ਰੀਮ ਆਇਆ ਹੋਣਾ ਪੂਰਾ, ਜੋ ਵੀ ਆਪਾਂ ਗੇਮ ਖੇਡਾਂਗੇ ਉਹਦੇ ਵਿੱਚ ਸਾਰਾ ਬਹੁਤ ਘੈਂਟ ਹੋਊਗਾ ਸਿਸਟਮ ਯਾਰ, ਉਹ ਤਾਂ ਕਹਿੰਦੇ ਵਿਦ ਸਟੈਂਡ ਹੈ ਇਹਦੇ, ਤਾਂ ਸਟੈਂਡ ਅੱਛਾ ਆਹ ਇੱਦਾਂ, ਅੱਛਾ ਇੱਦਾਂ ਲੱਗ ਜਾਣਾ, ਅਤੇ ਆਹ ਇੱਦਾਂ ਲੱਗ ਜਾਣਾ ਟੀ ਵੀ ਦੇ ਉੱਤੇ, ਅਤੇ ਬਸ ਇੱਦਾਂ ਇੱਦਾਂ ਹੀ ਸੈੱਟ ਹੋ ਜਾਣਾ ਜੀ ਇਹ ਤਰੀਕੇ, ਜਾਂ ਫਿਰ ਇਹਨੂੰ ਇੱਥੇ ਸੈੱਟ ਕਰਾਂਗੇ ਨਵਾਂ ਕੈਮਰਾ ਕਿੱਦਾਂ ਕਰ ਲਿਆ ਯਾਰ, ਮਿੱਟੀ ਬੜੀ ਇੱਦਾਂ ਕਿਤੇ ਇਹਦੇ ਉੱਤੇ ਐਂ ਲੱਗ ਜਾਣਾ, ਇਹਨੂੰ ਸੈੱਟ ਕਰਾਂਗੇ ਭੁੱਲ ਜੀ ਮੁੜ ਕੇ ਕਿੱਦਾਂ ਵੀ ਸੈੱਟ ਕਰਨਾ ਯਾਰ, ਉਹ ਕਹਿੰਦੇ ਸਟੈਂਡ ਬਿਲਟ ਆ, ਸਟੈਂਡ ਬਿਲਟ ਦਾ ਮਤਲਬ ਕੀ ਗੱਲ ਹੋ, ਉਹਦਾ ਇੰਨਾ ਵੀ ਖੁੱਲ੍ਹਣ ਡਿਆ ਇਹਦੇ ਐਥਲੇ ਨੂੰ ਵਿਊ ਹੋ ਜਾਣਾ, ਇਹਦੇ ਖੁੱਲ੍ਹਣ ਦਾ ਕੀ ਮਤਲਬ, ਇਹਦੇ ਦਾ ਇਹਦੇ ਆ ਖੁੱਲ੍ਹਣ ਦਾ ਕੀ ਮਤਲਬ, ਉਹਦੇ ਵਿੱਚ ਲਿਖਿਆ ਇੰਡ ਬਿਲਟ ਸਟੈਂਡ, ਇਹ ਕੀ ਆ ਹਾਲ ਹੈ ਘੁੰਮਿਆ ਮੈਨੂੰ ਲੱਗਦਾ ਮੈਂ ਅੱਜ ਹੀ ਤੋੜ ਲੈਣਾ ਕਿਤੇ ਇਹਨੂੰ, ਇੰਨਾ ਹੀ ਖੁੱਲ੍ਹਣਾ ਹੈ ਮੇਰੇ ਖਿਆਲ, ਇਹਨੂੰ ਐਂ ਹੀ ਰੱਖਣਾ ਪੈਣਾ ਭਰਾਵਾ, ਉੱਦਾਂ ਹੀ ਇਕੱਠਾ ਕਰਕੇ ਰੱਖ, ਐਂ ਹੀ ਰੱਖਿਆ ਜਾਣਾ, ਚਲੋ ਐਂ ਹੀ ਰੱਖ ਹੋ ਜਾਣਾ ਵਾ, ਇਹਦੇ ਇਹ ਕੈਮਰੇ ਨਾਲ ਇੱਦਾਂ ਵਾ ਕਿ ਇਹ ਜਿਹੜੀ ਸਕਰੀਨ ਸਾਰੀ ਗੇਮ ਚੱਲਦੀ ਹੋਊਗੀ ਇਹ ਫੁੱਲ ਸਕਰੀਨ ਤੁਹਾਨੂੰ ਆਊਗੀ, ਜੋ ਵੀ ਗੇਮ ਆਪਣੀ ਚੱਲਣ ਦੀ ਹੋਊਗੀ ਤਾਂ ਆਪਾਂ ਕੋਲ ਸਾਰਾ ਜਗਾੜਮੈਂਟ ਆਪਾਂ ਲੈ ਲਿਆ ਹੋਇਆ ਵਾ, ਇਹ ਹੈੱਡਫੋਨ ਹੈ ਨਾਲ ਇਹਦੇ, ਅਤੇ ਇਹ ਹੈੱਡਫੋਨ ਦੇ ਵਿੱਚ ਮਾਈਕ ਸਪੀਕਰ ਸਾਰਾ ਕੁਛ ਹੈਗਾ, ਇਹ ਲੱਗ ਜਾਣੇ ਆ, ਮੈਨੂੰ ਵੀ ਆਵਾਜ਼ ਆਊਗੀ ਤੁਹਾਨੂੰ ਵੀ ਗੇਮ ਦੀ ਆਵਾਜ਼ ਆਊਗੀ, ਇਹਦੇ ਵਿੱਚ ਹੀ ਮਾਈਕ ਆ, ਮੇਰੀ ਪ੍ਰੋਪਰ ਆਵਾਜ਼ ਆਊਗੀ ਤਾਂ ਮੇਰਾ ਫੇਸ ਬਸ ਸਿਰਫ ਮੇਰਾ ਫੇਸ ਹੈ ਨਾ ਗੋਲ ਕਰਕੇ ਉਹਨਾਂ ਕੀ ਆਉਣ ਡਿਆ ਨਾ ਗੇਮ ਖੇਡਣ ਦਿਆ, ਕਿ ਮੈਂ ਜੋ ਕਮੈਂਟਰੀ ਕਰੂੰਗਾ ਜੋ ਗੇਮ ਖੇਡਾਂਗੇ, ਅਤੇ ਜੇ ਉਹਨੂੰ ਆਪਾਂ ਫਰੇਮ ਨੂੰ ਲੰਬਾ ਕਰ ਸਕਦੇ ਕਿਉਂਕਿ ਇਹਦੇ 'ਚ ਦੋ ਕੈਮਰੇ ਆ ਕਿ ਦੋ ਫੇਸ ਇਹਦੇ 'ਚ ਆਰਾਮ ਨਾਲ ਕਵਰ ਹੋ ਜਾਣੇ, ਜਿਹਨੂੰ ਆਪਾਂ ਇੱਦਾਂ ਕਰਤਾ ਤਾਂ ਫਿਰ ਆਪਾਂ ਦੋ ਮੈਂ ਤਾਂ ਸਭ ਵੀ ਦੋਵਾਂ ਦਾ ਮੂੰਹ ਆਊਗਾ ਨਾਲ ਨੁੱਕਰ ਜੀ ਦੇ ਵਿੱਚ, ਮਤਲਬ ਫੁੱਲ ਯੈਸ ਕਰਾਵਾਂਗੇ ਯਾਰ ਆਪਾਂ, ਕਿਉਂਕਿ ਇਹ ਮੈਨੂੰ ਵਧੀਆ ਸੌਖਾ ਕੰਟੈਂਟ ਲੱਗਾ, ਘਰ ਬਹਿ ਕੇ ਗੇਮ ਖੇਡੀ ਜਾਓ, ਰੋਜ਼ ਰੋਜ਼ ਵਲੌਗ ਬਣਾਉਣ ਨਾਲ, ਵਲੌਗ ਵੀ ਬਣਾਵਾਂਗੇ ਉਹ ਤਾਂ 4-5-6 ਦਿਨਾਂ ਬਾਅਦ ਆਪਣਾ ਇੱਕ ਆਇਆ ਹੀ ਕਰੂਗਾ ਜਿੱਦਾਂ ਹੁਣ ਆਉਂਦਾ ਵਾ, ਇਹ ਤਾਂ ਬਸ ਆਪਾਂ ਇੱਕ ਅਪਡੇਟ ਦੇਣ ਨੂੰ ਕਿ ਆਪਾਂ ਇਹ ਵੀ ਸ਼ੁਰੂ ਕਰਤਾ, ਜਦੋਂ ਆਪਣਾ ਇਹ ਗੇਮਿੰਗ ਵਾਲਾ ਕੰਮ ਚੱਲ ਗਿਆ ਨਾ ਕਿ ਹਾਂ ਵੀ ਜਾਣ ਲੱਗ ਪਏ ਥੋੜ੍ਹੇ ਜਿਹੇ ਵੱਧ ਵਿਊ, ਫਿਰ ਆਪਾਂ ਇੱਕ ਚੈਨਲ ਹੀ ਨਵਾਂ ਕ੍ਰੀਏਟ ਕਰ ਦਾਂਗੇ ਗਗਨ ਲਾਲੀ ਗੇਮਿੰਗ, ਉਹਦੇ ਉੱਤੇ ਸਿਰਫ ਇਹੀ ਕੰਮ ਕਰਿਆ ਕਰਾਂਗੇ ਕਿਉਂਕਿ ਉਹਦੀ ਨਾ ਆਡੀਅੰਸ ਵੱਖਰੀ ਹੁੰਦੀ ਹੈ, ਇਹ ਤਾਂ ਸਿਰਫ ਇਸ ਟਾਈਮ ਸਟਾਰਟਅਪ ਕਰਨ ਵਾਸਤੇ ਆਪਾਂ ਆਪਣੇ ਅਫੀਸ਼ੀਅਲ ਚੈਨਲ 'ਤੇ ਕਰਨ ਲੱਗੇ ਹਾਂ, ਬਾਕੀ ਇਹ ਸਾਰਾ ਹੁਣ ਸੈਟਅਪ ਕਰਕੇ ਪੂਰਾ ਕੈਮਰਾ ਕੁਮਰਾ ਟਿਕਾ ਕੇ ਯੂਟਿਊਬ 'ਤੇ ਸਾਰੀਆਂ ਚੀਜ਼ਾਂ ਦੇਖ ਕੇ ਕਿਹਨੂੰ ਕਨੈਕਟ ਕਿੱਦਾਂ ਕਰਨਾ, ਯੂਟਿਊਬ 'ਤੇ ਲਾਈਵ ਕਿਵੇਂ ਹੋਣਾ ਵਾ, ਕਿੱਦਾਂ ਸਕਰੀਨ ਪਲੇ ਹੋਣੀ ਆ, ਕਿਵੇਂ ਮਤਲਬ ਇਹਦੇ ਮੇਰੇ ਚੈਨਲ ਦੇ ਉੱਤੇ ਆਟੋਮੈਟਿਕਲੀ ਇਹ ਸਾਰਾ ਕੁਛ ਅਪਗ੍ਰੇਡ ਹੋਊਗਾ, ਇਹ ਸਭ ਯੂਟਿਊਬ ਬਾਬਾ ਸਾਨੂੰ ਦੱਸੂਗਾ, ਤਾਂ ਫਿਰ ਆਪਾਂ ਨਾਲ ਹੀ ਕਰਕੇ ਤਾਂ ਫਿਰ ਨਾਲ ਹੀ ਓਕੇ ਹੋ ਜਾਣੀ ਆ, ਸੋ ਹਜੇ ਵਲੌਗ ਕਰ ਦਿਓ ਬੰਦ, ਤਾਂ ਫਿਰ ਆਪਾਂ ਤੁਹਾਨੂੰ
ਮਿਲਦੇ ਅੱਗੇ ਪਤਾ ਨਹੀਂ ਕਿ ਨਹੀਂ, ਪਰ ਹੁਣ ਕੈਮਰਾ ਸੈਟਅਪ ਕਰਨਾ ਸਿੱਖਣ ਡੇ ਆ, ਉਧਰ ਆਪਾਂ ਕਰ ਵੀ ਲਿਆ ਵਾ, ਉਹ ਆਪਣਾ ਆ ਗਈ ਫੋਟੋ ਆਪਣੀ ਪੂਰੀ ਫੋਟੋ ਆ ਗਈ, ਆਪਾਂ ਟੀਵੀ 'ਤੇ ਆਉਣ ਡੇ ਹੋਏ, ਉਹ ਫੋਟੋ ਆ ਗਈ ਆਪਣੀ, ਉਹ ਵੀ ਆਪਣਾ ਉਹ ਕੈਮਰਾ ਸਾਹਮਣੇ ਆਪਾਂ ਨੂੰ ਰੈਕੋਗਨਾਈਜ਼ ਕਰਦੇ ਆ ਪਿਆ, ਉਹ ਸਾਹਮਣੇ ਆਪਣਾ ਲੱਗਾ ਕੈਮਰਾ, ਅਤੇ ਬਸ ਇੱਦਾਂ ਲਾਈਵ ਸਟ੍ਰੀਮ ਚੱਲਣੀ, ਇੱਦਾਂ ਆਪਾਂ ਆਇਆ ਕਰਨਾ, ਤਿੰਨ ਜਣੇ ਚਾਰ ਜਣੇ ਪੂਰੇ ਆ ਸਕਦੇ ਬੈਠ ਦੇ, ਇਹਨੂੰ ਆਪਣਾ ਗੋਲ ਫਰੇਮ ਵੀ ਕਰ ਸਕਦੇ, ਆਪਾਂ ਪੂਰਾ ਸੈਟਅਪ ਕਰਨੇ ਰੋਜ਼ ਦੇਖਦੇ ਬਟਨ ਬੁਟਨ ਨੱਪ ਕੇ ਕੀ ਹੁੰਦਾ ਵਾ, ਨੈਕਸਟ ਕੀ ਕਰਦਾ ਅੱਗੇ। ਅੱਛਾ ਤਿੰਨ ਬੰਦੇ ਤਾਂ ਮੇਰੇ 'ਤੇ ਨਹੀਂ ਆਉਣ ਡਿਆ, ਚਲੋ ਬੰਦ ਕਰਕੇ ਪਹਿਲਾਂ ਸੈਟਅਪ ਕਰ ਲਈਏ ਫਿਰ ਦਿਖਾਉਂਦੇ। ਸੈਟਅਪ ਹੋ ਗਿਆ ਸਾਰਾ ਸਾਰਾ ਕੁਝ। ਅੱਛਾ ਮੈਂ ਕਰ ਉੱਡ ਗਿਆ ਸਾਰਾ ਕੁਝ, ਆਹ ਆਪਣੀ ਗੇਮ ਚੱਲ ਪਈ ਆ, ਹੁਣ ਬਸ ਆਪਾਂ ਇਹਨੂੰ ਕਰਨਾ ਲਾਈਵ ਸਟ੍ਰੀਮ, ਇਹ ਕਰਨਾ ਹੈਗਾ ਬਹੁਤ ਈਜ਼ੀ, ਇਹਦੇ ਵਿੱਚ ਬਸ ਆਪਾਂ ਸਾਰਾ ਕੁਝ ਸਿੱਖ ਲਿਆ, ਕੈਮਰਾ ਸੈਟਅਪ ਪੂਰੀਆਂ ਸੈਟਿੰਗਾਂ ਹੋ ਗਈਆਂ, ਸਾਰਾ ਲਾਈਵ ਸਟ੍ਰੀਮ, ਆਪਣਾ ਚੈਨਲ ਵੀ ਕਨੈਕਟ ਹੋ ਗਿਆ, ਬਸ ਹੁਣ ਇੱਕ ਬਟਨ ਨੱਪਣਾ ਦੇ ਨਾਲ ਹੀ ਆਪਾਂ ਲਾਈਵ ਹੋ ਜਾਣਾ, ਗੋ ਲਾਈਵ, ਫਿਰ ਆਪਾਂ ਐਂਡ ਕਰਾ ਦੇਣੀ ਹੈ, ਠੀਕ ਹੈ। ਰੋਜ਼ ਗੇਮ ਪਲੇ ਕਰਿਆ ਕਰਨਾ, ਫਿਰ ਜਿਹੜੇ ਜਿਹੜੇ ਕਮੈਂਟ ਕਰਦੇ ਕਰੋ ਉਹਨਾਂ ਕਿ ਭਾਈ ਆਹ ਵਾਲੀ ਗੇਮ ਖੇਡੋ, ਉਹ ਵਾਲੀ ਗੇਮ ਖੇਡੋ, ਉਹੀ ਆਪਾਂ ਖੇਡ ਲਿਆ ਕਰਨੀ ਹੈ, ਅਤੇ ਬਸ ਓਕੇ ਹੋ ਜਾਣਾ ਕੰਮ। ਲਓ ਵੀ ਆਹ ਵਾ ਮੋਟਰ ਕੋਂਬੈਟ, ਇਹ ਤਾਂ ਲਾਈਏ ਕਿਉਂਕਿ ਇਹ ਦੋ ਬੰਦੇ ਖੇਡ ਸਕਦੇ ਨਾ, ਫਿਰ ਜੀ ਟੀ ਏ ਤਾਂ ਇਕੱਲੇ ਬੰਦੇ ਦੀ ਆ, ਅਤੇ ਆਪਾਂ ਪਹਿਲਾਂ ਇਹਦਾ ਗੇਮ ਪਲੇ ਕਰਾਂਗੇ, ਅਤੇ ਬਾਕੀ ਜੇ ਥੋੜ੍ਹੀਆਂ ਜਾਂ ਗਾਲਾਂ ਗੁਲਾਂ ਮੂੰਹੋਂ ਨਿਕਲ ਗਈਆਂ ਗੁੱਸੇ ਦੇ ਵਿੱਚ, ਥੋੜ੍ਹਾ ਥੋੜ੍ਹਾ ਪਰਹੇਜ਼ ਕਰਿਓ, ਇੱਕ ਪਲੇਅਰ ਆਪਣਾ ਥੋੜ੍ਹਾ ਜਿਹਾ ਸੌਂ ਗਿਆ ਵਾ, ਜਿੱਦਾਂ ਵੀਰ ਉੱਠ ਜਾ, ਤੂੰ ਵੀ ਤਾਂ ਮੈਚ ਲਾਉਣਾ ਵਾ, ਉੱਠ ਜਾ ਜਾਣਾ, ਅਤੇ ਬਾਕੀ ਆਪਾਂ ਮਾੜਾ ਜਿਹਾ ਦੋ ਰਿਮੋਟ ਕਨੈਕਟ ਕਰ ਲਈਏ, ਇੱਕ ਚਾਰਜ ਲਾਇਆ ਸੀ ਮਾੜਾ ਉੱਥੇ, ਬਾਕੀ ਹੁਣ ਜਦੋਂ ਆਪਣਾ ਚੱਲ ਗਿਆ ਨਾ ਫਿਰ ਥੋੜ੍ਹੀ ਸਫਾਈ ਸਫੂਈ ਕਰਕੇ ਰੱਖਾਂਗੇ, ਹੁਣ ਥੋੜ੍ਹਾ ਜਿਹਾ ਐਡਜਸਟ ਕਰੋ ਹੈ ਨਾ ਗੰਦ ਜੇ ਤੋਂ, ਅਤੇ ਬਾਕੀ ਕਰਦੇ ਹਾਂ ਸੈਟਿੰਗ ਕਰਦੇ ਹਾਂ, ਕਨੈਕਟ ਕਰ ਲਈਏ ਦੋਵੇਂ ਰਿਮੋਟ, ਫਿਰ ਮੈਚ ਇੱਕ ਲਾ ਕੇ ਦੇਖਦੇ ਹਾਂ, ਅਤੇ ਬਸ ਓਕੇ ਹੋ ਗਈ ਆ ਫੁੱਲ, ਰਿਮੋਟ ਕਨੈਕਟ ਆ ਦੋਵੇਂ, ਲਾਈਵ ਕਰਨ ਲੱਗੇ ਹਾਂ, ਪਹਿਲਾ ਬਾਬੇ ਦਾ ਨਾਂ ਲੈ ਕੇ ਫਸਟ ਲਾਈਵ ਚੱਲੇ ਹਾਂ ਆਪਾਂ, 16 ਤਰੀਕ 16 ਮਾਰਚ 2024 ਨੂੰ ਰਾਤ 3 ਵਜੇ, 3 ਵਜੇ ਨੂੰ 3 ਮਿੰਟ ਹੀ ਪਏ ਆ, ਫਸਟ ਲਾਈਵ ਸਟ੍ਰੀਮ ਕਰਨ ਲੱਗੇ ਆਪਣੇ ਚੈਨਲ ਦੇ ਉੱਤੇ ਆਪਾਂ, ਸੋ ਸਪੋਰਟ ਕਰਿਓ ਉਹਨੂੰ, ਇਹ ਵੀਡੀਓ ਲਾਈਵ ਸਟ੍ਰੀਮ ਤੋਂ ਬਾਅਦ 'ਚੋਂ ਅਪਲੋਡ ਹੋਊਗੀ, ਸੋ ਤੁਹਾਨੂੰ ਬਸ ਇੱਕ ਉਹੀ ਦਿੱਤਾ ਕਿ ਰੋਜ਼ ਡੇਲੀ ਦੇ ਘੱਟੋ ਘੱਟ 3-4 ਲਾਈਵ ਅਪਲੋਡ ਕਰਦਿਆ ਕਰਨੇ, ਘੰਟੇ ਘੰਟੇ 2-2 ਘੰਟੇ ਦੇ ਗੇਮ ਪਲੇ ਦੇ, ਕਮੈਂਟ ਕਰਕੇ ਦੱਸੋ ਕਿਹੜਾ ਕਿਹੜਾ ਗੇਮ ਪਲੇ ਕਰਿਆ ਕਰੀਏ, ਕਿਵੇਂ ਕਿਵੇਂ ਕਰਿਆ ਕਰੀਏ, ਕਿਹੜੀ ਗੇਮ ਖੇਡਿਆ ਕਰੀਏ, ਵੈਸੇ ਸਾਡੇ ਕੋਲ ਗੇਮਾਂ ਬਹੁਤ ਜ਼ਿਆਦੀਆਂ ਨੇ, ਤਾਂ ਹਜੇ ਗੇਮਾਂ ਮਹਿੰਗੀਆਂ ਵੀ ਬਹੁਤ ਨੇ, ਉਹ ਜਦੋਂ ਚੱਲ ਜੂਗਾ ਲਾਈਵ ਸਟ੍ਰੀਮ ਫਿਰ ਤਾਂ ਸਾਰੀਆਂ ਲੈ ਲਿਆ ਕਰਾਂਗੇ, ਡੀਲੈਕਸ ਲਿਆ ਹੋਇਆ ਸੀਗਾ, ਅਤੇ ਹੁਣ ਆਪਾਂ ਇਹ ਨਹੀਂ ਕੀਤਾ ਹੋਇਆ, ਆਹ ਡੀਲੈਕਸ ਇਹਦੇ ਵਿੱਚ ਆਉਂਦਾ ਆਪਾਂ ਨੂੰ ਇੰਨੇ 'ਚ ਮਿਲਦਾ ਵਾ, ਇਹ ਲਵਾਂਗੇ ਤਾਂ ਇੰਨੇ ਦੇ ਵਿੱਚ ਸਾਲ ਦਾ, ਅਤੇ ਉਹਦੇ 'ਚ ਫਿਰ ਸਾਰੀਆਂ ਗੇਮਾਂ ਫਰੀ ਹੋ ਜਾਣੀਆਂ, ਆਪਾਂ ਕਿੰਨੀਆਂ ਗੇਮਾਂ ਫਰੀ ਹੋ ਜਾਂਦੀਆਂ, ਸਾਰੀਆਂ ਨਹੀਂ ਮਤਲਬ, ਇਹ ਜਿੱਦਾਂ ਆਉਣ ਡਿਆ ਸਾਰਾ ਪੈਕ ਉਹ ਏ ਟੂ ਜੈੱਡ ਲੱਲਾ ਭੱਬਾ, ਇਹ ਆਪਣਾ ਐਕਸਪਾਇਰ ਹੋ ਗਿਆ, ਸਾਰੀਆਂ ਗੇਮਾਂ ਫਿਰ ਆਪਾਂ ਨੂੰ ਮਿਲ ਜਾਣੀਆਂ, ਸਾਰੀਆਂ ਗੇਮਾਂ ਖੇਡ ਸਕਦੇ ਆਪਾਂ, ਗੇਮਾਂ ਹੀ ਗੇਮਾਂ, ਲੱਖਾਂ ਲੱਖਾਂ ਕਰੋੜਾਂ ਗੇਮਾਂ ਨੇ, ਲੱਖਾਂ ਕਰੋੜਾਂ, ਅਤੇ ਹੁਣ ਪਹਿਲਾ ਲਾਈਵ ਸਟ੍ਰੀਮ ਆਪਾਂ ਕਰਨ ਲੱਗੇ, ਅਤੇ ਬ੍ਰੋਡਕਾਸਟ ਲਓ ਵੀ ਉਹ ਉੱਤੇ ਆ ਗਿਆ ਆਪਣਾ ਗਗਨ ਅਲੀ ਵਲੋਗਸ ਚੈਨਲ ਕਨੈਕਟ ਆ, ਟਾਈਟਲ ਆਪਾਂ ਲਿਖਿਆ ਹੋਇਆ ਫਸਟ ਲਾਈਵ ਸਟ੍ਰੀਮ ਔਨ PS5, ਇਹਦੇ 'ਤੇ ਇੰਨਾ ਕੁ ਲਿਖ ਸਕਦੇ, ਬਾਕੀ ਆਪਾਂ ਫੋਨ ਦੇ ਉੱਤੋਂ ਸੈਟਿੰਗ ਕਰ ਲਾਂਗੇ, ਲਓ ਵੀ ਬਾਬੇ ਦਾ ਨਾਂ ਲੈ ਕੇ ਗੋ ਲਾਈਵ, ਚੱਕੋ ਵੀ ਆਪਾਂ ਲਾਈਵ ਹੋਣ ਵਾਲੇ ਹਾਂ, ਸ਼ਾਇਦ ਨਾ ਉਹ ਬ੍ਰੋਡਕਾਸਟਿੰਗ, ਲਓ ਵੀ ਉਹ ਆਪਣਾ ਆ ਗਈ ਸਕਰੀਨ, ਠੀਕ ਆ, ਐਵੇਂ ਚੱਲੂਗਾ, ਇਹਨੂੰ ਆਪਾਂ ਐਡਜਸਟ ਕਰ ਸਕਦੇ ਹਾਂ, ਇਹਨੂੰ ਕਿਹੜੀ ਨੁੱਕਰ 'ਚ ਰੱਖਣਾ ਜਾਂ ਕਿਵੇਂ ਰੱਖਣਾ, ਇਹ ਸਭ ਆਪਾਂ ਐਡਜਸਟ ਕਰ ਸਕਦੇ, ਸਭੀ ਦਾ ਫੋਨ ਖੋਲ੍ਹੀ ਦੇਖੋ, ਅਤੇ ਯੂਟਿਊਬ 'ਤੇ ਲਾਈਵ ਆ ਗਿਆ, ਇਹਨੂੰ ਸਾਈਡ 'ਤੇ ਰੱਖਦੇ ਹਾਂ। ਅਸੀਂ ਤਾਂ ਬਾਬੇ ਵਲੋਗ ਦੀ ਕਰਦੇ ਹੋਏ ਆਪਾਂ ਇੱਥੇ ਐਂਡਿੰਗ, ਵਲੋਗ ਤੁਹਾਨੂੰ ਵਧੀਆ ਲੱਗਾ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਕਮੈਂਟ ਕਰਕੇ ਦੱਸਿਓ ਵਲੋਗ ਕਿੱਦਾਂ ਲੱਗਾ, ਕਮੈਂਟ ਜ਼ਰੂਰ ਕਰਿਆ ਕਰੋ ਵਲੋਗ ਦੇ ਉੱਤੇ, ਜੋ ਵੀ ਤੁਹਾਡੇ ਦਿਲ ਦੀ ਗੱਲ ਹੁੰਦੀ ਹੈ, ਜੋ ਵੀ ਤੁਹਾਡਾ ਦਿਲ ਕਰਦਾ ਵਾ, ਜੋ ਵੀ ਬਸ ਹੁੰਦਾ ਤੁਹਾਡੇ ਦਿਲ 'ਚ ਆਉਂਦਾ ਦੇਖ ਕੇ, ਜ਼ਰੂਰ ਕਮੈਂਟ ਕਰਦਿਆ ਕਰੋ, ABC ਕਰਦਿਆ ਕਰੋ, ਉੜਾ ਜਿਹੜਾ ਕਰਦਿਆ ਕਰੋ, ਉੜਾ ਜਿਹੜਾ ਜ਼ਿਆਦਾ ਕਰਿਆ ਕਰੋ, ਪੰਜਾਬੀ ਫਸਟ, ਠੀਕ ਆ, ABC ਬਾਅਦ 'ਚੋਂ, ਅਤੇ ਹੈਸ਼ਟੈਗ ਵੀ ਜ਼ਰੂਰ ਕਮੈਂਟ ਕਰਿਆ ਕਰੋ। ਸੋ ਬਾਕੀ
ਦੇਖੋ ਵਲੋਗ, ਦੇਖ ਲਿਆ ਵਲੋਗ ਅਤੇ ਵਧੀਆ ਲੱਗਾ ਚੈਨਲ ਲਾਈਕ ਕਮੈਂਟ ਸਬਸਕ੍ਰਾਈਬ ਕਰ ਦਿਓ। ਮਿਲਦੇ ਹਾਂ ਨਵੀਂ ਵਲੋਗ 'ਚ, ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਬਾਏ ਬਾਏ, ਟੇਕ ਕੇਅਰ।